ਆਪਣੇ ਹੱਥ ਸਮਾਨ ਦੇ ਵੱਲ ਉਠਾਓ, ਦੁਆ ਕਰੋ। ਪ੍ਰਭੂ ਯਿਸੂ ਮਸੀਹ ਜੀ, ਅੱਜ ਦਾ ਜੋ ਮੈਂ ਵਚਨ ਸੁਣਾ ਮੇਰੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲਦਾਰ ਹੋਵੇ, ਅੱਜ ਦੇ ਵਚਨ ਦੇ ਦੁਆਰਾ ਮੇਰੀ ਉੱਨਤੀ ਹੋਵੇ। ਪ੍ਰਭੂ ਯਿਸੂ ਮਸੀਹ ਜੀ, ਹਰੇਕ ਸ਼ੈਤਾਨ ਦੀ ਲਾਨਤ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਖਤਮ ਹੋਵੇ, ਤੁਹਾਡਾ ਰੂਹ ਪਾਕ ਮੇਰੀ ਅਗਵਾਈ ਕਰੇ। ਹੱਥ ਉਠਾ ਕੇ ਉੱਚੀ ਵਾਈ ਨਾਲ ਬੋਲ ਕੇ ਦੁਆ ਕਰੋ, ਬੋਲ ਕੇ। ਸਮਰਥੀ ਪਰਮੇਸ਼ਵਰ, ਆਪਕਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਹੌਲੀ ਸਪਿਰਿਟ, ਹੌਲੀ ਸਪਿਰਿਟ, ਹੌਲੀ ਸਪਿਰਿਟ, ਖੁਦਾ ਪਾਕ ਰੂਹ ਆਪਕਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਹੈ ਕਿ ਖੁਦਾ ਨੇ ਯਿਸੂ ਮਸੀਹ ਨੇ ਮੌਕਾ ਦਿੱਤਾ ਵੀ ਅਸੀਂ ਉਹਦੀ ਹਜ਼ੂਰੀ ਵਿੱਚ ਇਕੱਠੇ ਹੋ ਕੇ ਉਹਦੇ ਨਾਮ ਨੂੰ ਮਹਿਮਾ ਤੇ ਵਡਾਈ ਦੇ ਸਕੀਏ, ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਉੱਚਾ ਕਰ ਸਕੀਏ। ਹਾਲੇਲੂਇਆ। ਔਰ ਤੁਸੀਂ ਸਭ ਪ੍ਰਭੂ ਦੀ ਹਜ਼ੂਰੀ ਵਿੱਚ ਬੈਠੇ ਹੋ ਤਾਂ ਮੇਰਾ ਵਿਸ਼ਵਾਸ ਆ ਅੱਜ ਦੇ ਕਲਾਮ ਦੇ ਦੁਆਰਾ ਤੁਸੀਂ ਬਲੈਸ ਹੋਵੋਗੇ ਔਰ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ। ਹਾਲੇਲੂਇਆ, ਹਾਲੇਲੂਇਆ। ਔਰ ਤੁਹਾਨੂੰ ਮੈਂ ਕਲਾਮ 'ਤੇ ਜਾਣ ਤੋਂ ਪਹਿਲਾਂ ਥੋੜ੍ਹੀਆਂ ਚੀਜ਼ਾਂ ਦੱਸਦਾ ਜੋ ਮੈਨੂੰ ਖੁਦਾ ਨੇ ਦਿੱਤੀਆਂ ਜਦੋਂ ਮੈਂ ਨਾ ਬਾਈਬਲ ਪੜ੍ਹਾਂ। ਖੁਦਾਵੰਦ ਦਾ ਜਦੋਂ ਮੈਂ ਵਚਨ ਪੜ੍ਹਦਾ ਸੀ ਮੱਤੀ ਦੀ ਅੰਜੀਲ, ਜਦੋਂ ਪੜ੍ਹਿਆ ਉਹ 'ਚ ਲਿਖਿਆ ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ, ਬਪਤਿਸਮਾ ਲੈ ਕੇ ਉੱਪਰ ਆਏ ਤਾਂ ਪਵਿੱਤਰ ਆਤਮਾ ਉਤਰਿਆ ਕਿਹੜੇ ਰੂਪ ਦੇ ਵਿੱਚ? ਉੱਚੀ ਬਾਈ ਨਾ ਬੋਲੀ ਜਾਣਾ, ਕਬੂਤਰ ਦੇ ਰੂਪ ਦੇ ਵਿੱਚ ਪਵਿੱਤਰ ਆਤਮਾ ਮਿਲਿਆ ਯਿਸੂ ਮਸੀਹ ਨੂੰ। ਅਤੇ ਕਬੂਤਰ ਜਿਹੜਾ ਨਾ ਉਹ ਕਿਹੜੀ ਚੀਜ਼ ਦੀ ਨਿਸ਼ਾਨੀ ਹੈ, ਕਿਹੜੀ ਚੀਜ਼ ਦਾ ਪ੍ਰਤੀਕ ਹੈ? ਸ਼ਾਂਤੀ ਦਾ। ਕਿਹੜੀ ਚੀਜ਼ ਦਾ? ਸ਼ਾਂਤੀ ਦਾ। ਸ਼ਾਂਤੀ ਦਾ ਪ੍ਰਤੀਕ ਆ ਪੀਸਟ, ਵੀ ਵਧੀਆ ਸ਼ਾਂਤੀ, ਵੀ ਮਾਹੌਲ ਨੂੰ ਵਧੀਆ ਰੱਖਣਾ, ਸ਼ਾਂਤ ਰੱਖਣਾ, ਜਿਹੜਾ ਯਿਸੂ ਮਸੀਹ ਨੂੰ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਮਿਲਿਆ। ਫਿਰ ਉਹੀ ਜਦੋਂ ਮੈਂ ਵਚਨ ਅੱਗੇ ਗਿਆ ਰਸੂਲਾਂ ਦੇ ਕਿਤਾਬ ਦੇ ਵਿੱਚ ਜਦੋਂ ਭਾਗ ਪੜ੍ਹਿਆ ਦੂਸਰਾ ਸਟਾਰਟਿੰਗ ਦੇ ਵਿੱਚ ਹੀ, ਉੱਥੇ ਜਦੋਂ ਮੈਂ ਪੜ੍ਹਿਆ ਉੱਥੇ ਲਿਖਿਆ ਛੱਤ ਖੁੱਲ੍ਹ ਗਈ, ਸਵਰਗ ਦੇ ਵਿੱਚੋਂ ਅੱਗ ਦੀਆਂ ਜੀਭਾਂ ਉਤਰੀਆਂ। ਉੱਥੇ ਪਵਿੱਤਰ ਆਤਮਾ ਕਿਹੜੇ ਰੂਪ 'ਚ ਉਤਰਿਆ? ਅੱਗ ਦੇ ਰੂਪ 'ਚ। ਉਹ ਉੱਚੀ ਆਵਾਜ਼ ਨਾਲ ਕੋਈ ਸਿੱਖਣ ਨੂੰ ਮਿਲਦਾ? ਸਿੱਖਣ ਵਾਲੀ ਚੀਜ਼ ਸਿੱਖਿਆ ਕਰੋ। ਅੱਗ ਦੀਆਂ ਜੀਭਾਂ ਉਤਰੀਆਂ। ਮੈਂ ਕਿਹਾ ਪ੍ਰਭੂ ਜੀ ਅੰਤਰ ਕੀ ਆ ਤੇਰੇ ਯਾਰੀ ਕਬੂਤਰ, ਸਾਡੇ ਵਾਰੀ ਅੱਗ ਲਾ, ਸਾਡੀ ਗੱਲ ਕੀ ਆ? ਇਹ ਪ੍ਰਭੂ ਜੀ ਹੋ ਕੀ ਰਿਹਾ ਵਾ? ਸੁਣੋ, ਅੱਗ ਦੀਆਂ ਜੀਭਾਂ ਕਿਉਂ ਮਿਲੀਆਂ? ਯਿਸੂ ਮਸੀਹ ਨੂੰ ਸ਼ਾਂਤੀ ਲਈ ਇਸ ਲਈ ਮਿਲਿਆ ਸੀ, ਕਬੂਤਰ ਆਤਮਾ ਜਿਹੜਾ ਉਤਰਿਆ ਸੀ ਸ਼ਾਂਤੀ ਦਾ ਪਵਿੱਤਰ ਆਤਮਾ ਮਿਲਿਆ। ਪਵਿੱਤਰ ਆਤਮਾ ਸੇਮ ਸੀਗਾ, ਸਿਰਫ ਸੁਣੋ, ਯਿਸੂ ਮਸੀਹ ਨੂੰ ਜਿਹੜਾ ਕਬੂਤਰ ਦੇ ਰੂਪ ਦੇ ਵਿੱਚ ਉਤਰਿਆ ਕਿਉਂਕਿ ਯਿਸੂ ਮਸੀਹ ਸ਼ਾਂਤੀ ਲੈ ਕੇ ਆਇਆ ਸੀ ਧਰਤੀ ਦੇ ਉੱਤੇ, ਸ਼ਾਂਤੀ ਦਾ ਪੈਗਾਮ ਲੈ ਕੇ ਆਇਆ ਸੀ। ਜਿਹੜੇ ਲੋਕ ਭਟਕੇ ਫਿਰਦੇ ਸੀ, ਜਿਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਸੀ, ਪੀਸ ਨਹੀਂ ਸੀ, ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਆਵੇ, ਉਹਨਾਂ ਦੇ ਦੇਸ਼ਾਂ 'ਚ, ਘਰਾਂ, ਪਰਿਵਾਰਾਂ 'ਚ ਸ਼ਾਂਤੀ ਆਵੇ। ਪਰ ਜਦੋਂ ਰਸੂਲਾਂ ਦੇ ਕਿਤਾਬ ਵਿੱਚ ਪਵਿੱਤਰ ਆਤਮਾ ਉਤਰਿਆ ਅੱਗ ਦੀਆਂ ਜੀਭਾਂ ਜੀਆਂ, ਉੱਥੇ ਪ੍ਰਭੂ ਯਿਸੂ ਮਸੀਹ ਨੇ ਇਸ ਲਈ ਆਤਮਾ ਲਾਇਆ, ਹੁਣ ਤੁਹਾਡਾ ਸਮਾਂ ਬੈਠਣ ਦਾ ਨਹੀਂ, ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦਾ ਵਾ, ਪਰ ਯਾਰ ਕਰਨ ਦਾ, ਫਾਇਰ ਨੂੰ ਜਿਹੜੀ ਫਾਇਰ ਪਰਮੇਸ਼ਵਰ ਨੇ ਦਿੱਤੀ ਆ ਅੱਗੇ ਤੱਕ ਫੈਲਾਉਣ ਦਾ ਵਾ। ਹਾਲੇਲੂਇਆ, 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 ਹਾਲੇਲੂਇਆ। ਜਦੋਂ ਅੱਗ ਲੱਗਦੀ ਆ ਇੱਕ ਜਗ੍ਹਾ ਤੇ ਰਹਿੰਦੀ ਜੋ ਫੈਲਦੀ ਆ, ਜਦੋਂ ਜੀਭਾਂ ਉਤਰੀਆਂ ਇੱਕ ਜਗ੍ਹਾ ਤੇ ਨਹੀਂ ਰਹੀਆਂ, ਉਹ ਫੈਲ ਗਈਆਂ। ਜੀਭਾਂ ਕੀ ਹੋ ਗਈਆਂ? ਫੈਲ ਗਈਆਂ, ਅਲੱਗ 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 ਬੋਲੀ ਬੋਲਣ ਲੱਗ ਪਏ। ਜਿਹੜੇ ਲੋਕਾਂ ਨੇ ਸੁਣੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਉਹ ਜੀਭ ਗਈ, ਉਹ ਆਤਮਾ ਉਤਰਿਆ, ਉਹਨਾਂ ਨੇ ਕਿਹਾ ਹੋਰ ਲੋਕਾਂ ਦੇ ਵਿੱਚ ਉਹ ਸ਼ੇਅਰ ਕੀਤਾ, ਅਤੇ ਉਹ ਅੱਗ ਫੈਲਦੀ ਗਈ, ਤੁਹਾਡੇ ਪੰਜਾਬ ਦੇ ਵਿੱਚ ਕਪੂਰਥਲੇ 'ਚ ਦਮੂਰਜੀ ਵਿੱਚ ਆ ਚੁੱਕੀ ਆ। ਹਾਲੇਲੂਇਆ, ਹਾਲੇਲੂਇਆ। ਸਮਝ ਆ ਰਹੀ ਜੇ ਨਹੀਂ ਆ ਰਹੀ? ਕਬੂਤਰ ਦੀ ਅਤੇ ਅੱਗ ਵਾਲੇ ਮਸੀਹ ਦੀ ਜੀਭਾਂ ਦੀ ਸਮਝ ਆਈ ਜਾਂ ਨਹੀਂ ਆਈ? ਕਿਉਂ ਮਿਲਿਆ ਸੀ ਅੱਗ ਵਾਲੀਆਂ ਜੀਭਾਂ? ਵੀ ਹੁਣ ਸ਼ਾਂਤੀ ਨਹੀਂ ਜੀ, ਨਹੀਂ, ਲੋਕਾਂ ਨੂੰ ਬਚਾਇਆ ਜਾਵੇ, ਪ੍ਰਚਾਰ ਕੀਤਾ ਜਾਵੇ। ਪਤਰਸ ਨੂੰ ਜੀਭ ਮਿਲ ਗਈ ਅੱਗ ਦੀ, ਖੜਾ ਹੋ ਗਿਆ ਸੁਸਮਾਚਾਰ ਸੁਣਾਉਣ ਦੇ ਲਈ। ਕੀ ਸੁਣਾਉਣ ਲਈ? ਸੁਸਮਾਚਾਰ, ਪ੍ਰਚਾਰ ਸੁਣਾਉਣ ਦੇ ਲਈ, ਟੀਚਿੰਗ ਦੇਣ ਲਈ, ਸੁਸਮਾਚਾਰ ਸੁਣਾਉਣ ਲਈ ਜਦੋਂ ਖੜਾ ਹੋਇਆ, ਉਸ ਜੀਭ ਦਾ ਕੰਮ ਕੀ ਹੋਇਆ? ਉਸ ਜੀਭ ਨੇ 3000 ਲੋਕ ਸਾੜ ਕੇ ਰੱਖ ਦਿੱਤੇ, ਸ਼ੈਤਾਨ ਦੇ ਵਾਲੇ ਸਾੜ ਦਿੱਤੇ, ਪ੍ਰਭੂ ਵਾਲੇ ਬਚਾਲੇ। ਹਾਲੇਲੂਇਆ, ਹਾਲੇਲੂਇਆ। 3000 ਲੋਕ ਉਸ ਜੀਭ ਦੇ ਨਾਲ ਬਚਾਏ ਗਏ। ਹਾਲੇਲੂਇਆ, ਹਾਲੇਲੂਇਆ। ਸੁਣਨਾ ਚਾਹੁੰਦਾ
ਸੁਣਾਉਣਾ ਮੈਂ ਕਿਉਂ ਤਿੱਖਾ ਵਚਨ ਸੁਣਾਉਣਾ ਵਾਂ ਮੈਂ ਤਿੱਖਾ ਵਚਨ ਕਿਉਂ ਸੁਣਾਉਣਾ ਵਾਂ ਤਿੱਖਾ ਵਚਨ ਕਿਉਂ ਸੁਣਾਉਣਾ ਵਾਂ ਕਿਉਂਕਿ ਬਾਈਬਲ 'ਚ ਲਿਖਿਆ ਇਬਰਾਨੀਆਂ 4:12 ਤਲਵਾਰ ਹੀ ਤਿੱਖੀ ਆ ਤੇ ਤਿੱਖੀ ਤਾਂ ਆਪੇ ਲੱਗਣੀ ਆ ਵਚਨ ਤਾਂ ਤਿੱਖਾ ਆਪੇ ਲੱਗਣਾ ਜਾਂ ਤਲਵਾਰ ਹੀ ਤਿੱਖੀ ਆ ਵਚਨ ਹੀ ਤਿੱਖਾ ਤੇ ਤਿੱਖਾ ਤਾਂ ਆਪੇ ਸੁਣਾ ਹਾਲੇਲੂਇਆ ਹਾਲੇਲੂਇਆ ਹੁਣ ਸੁਣਨੀ ਆ ਗੱਲ ਨੂੰ ਸਮਝਣਾ ਜਦੋਂ ਤਲਵਾਰ ਮੈਂ ਦੱਬ ਚੜਾ ਕੇ ਫਿਰੂੰਗਾ ਮੇਰੇ ਚੁੱਪਣੀ ਆ ਜਾਂ ਨਹੀਂ ਚੁੱਪਣੀ ਤੇ ਕਲਾਮ ਜਦੋਂ ਮੈਂ ਦੱਬ 'ਚ ਲਈ ਫਿਰਦਾ ਦਿਲ ਵਿੱਚ ਲਈ ਫਿਰਦਾ ਮੇਰੇ ਚੁੱਪਦਾ ਤੁਸੀਂ ਕਿੱਦਾਂ ਰਹਿ ਜੂੰਗੇ ਤੁਹਾਡੇ ਵੀ ਚੁੱਪਣਾ ਚੁੱਪਣਾ ਕਿਉਂਕਿ ਇਬਰਾਨੀਆਂ 4:12 'ਚ ਲਿਖਿਆ ਇਹ ਜਿਹੜਾ ਵਚਨ ਆ 2 ਕੀ ਆ ਤਲਵਾਰ ਤੁਹਾਨੂੰ ਵੀ ਛਿੱਲਣਾ ਤੇ ਇਹਨੇ ਮੈਨੂੰ ਵੀ ਛਿੱਲਣਾ ਤੇ ਫਿਰ ਤੁਸੀਂ ਕਿੱਦਾਂ ਕਿਹੜੀ ਉਮੀਦ ਨਾ ਹੁੰਦੇ ਉਹ ਮਿੱਠਾ ਖਾ ਖਾ ਕੇ ਆਦਤ ਪੈ ਗਈ ਤੁਹਾਨੂੰ ਸ਼ੂਗਰਾਂ ਕਰਾ ਲਈਆਂ ਤੇ ਹੁਣ ਜਦੋਂ ਕੌੜਾ ਮਿਲਦਾ ਤੁਸੀਂ ਭੱਜਦੇ ਹੋ ਭੱਜਣਾ ਤਾਂ ਆਪੇ ਹੀ ਆ ਜਦੋਂ ਕੜਵਾ ਮਿਲਣਾ ਇਹ ਤਿੱਖੀ ਤਲਵਾਰ ਆ ਤੇ ਵਚਨ ਮੈਂ ਨਹੀਂ ਬੋਲਦਾ ਕੁਛ ਮੇਰੀ ਔਕਾਤ ਕੀ ਮੈਂ ਤੁਹਾਨੂੰ ਬੋਲਾਂ ਇਹ ਕਲਾਮ ਬੋਲਦਾ ਕਿਉਂਕਿ ਉਹ ਤਿੱਖਾ ਵਾ ਇਹ ਤਲਵਾਰ ਜਦੋਂ ਚੱਲਣੀ ਆ ਕੁਛ ਨਾ ਕੁਛ ਤਾਂ ਫਿਰ ਹੋਣਾ ਹੀ ਆ ਵੱਢ ਤਾਂ ਹੋਣਾ ਹੀ ਆ ਕੁਛ ਨਾ ਕੁਛ ਛਾਂਗ ਤਾਂ ਹੋਣਾ ਹੀ ਆ ਜਦੋਂ ਮਾਲੀ ਫਿਰ ਤਲਵਾਰ ਘੁਮਾਉਂਦਾ ਤੇ ਬੂਟੇ ਨੂੰ ਛਾਂਗਦਾ ਜਾਂ ਨਹੀਂ ਛਾਂਗਦਾ ਛਾਂਗ ਜਦੋਂ ਛਾਂਗ ਹੁੰਦਾ ਬੂਟੇ 'ਤੇ ਦੁੱਧ ਜਿਹਾ ਵੀ ਨਿਕਲਦਾ ਹੁੰਦਾ ਪਾਣੀ ਜਿਹਾ ਨਿਕਲਦਾ ਬੂਟੇ ਦੇ ਵਿੱਚੋਂ ਉਹ ਤਾਂ ਸੱਟ ਵੀ ਲੱਗਦੀ ਆ ਤੇ ਤੁਸੀਂ ਅੱਜ ਛਾਂਗ ਹੋਣਾ ਕਲਾਮ ਦੇ ਨਾਲ ਹਾਲੇਲੂਇਆ 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 ਤੇ ਜਦੋਂ ਕਲਾਮ ਹੈ ਨਾ ਮੈਂ ਸਖਤ ਕਿਉਂ ਵਾਂ ਮੈਂ ਸਖਤ ਨਹੀਂ ਆ ਇਹ ਕਲਾਮ ਸਖਤ ਆ ਮੇਰਾ ਉਹ ਜਦੋਂ ਮੇਰਾ ਸੁਣਾਉਂਦਾ ਵਾਂ ਤੇ ਲੋਕੀ ਕਹਿ ਦਿੰਦੇ ਪਾਸਟਰ ਸ਼ਮੌਨ ਸਖਤ ਆ ਉਹ ਸਖਤ ਸੁਣਾਉਂਦਾ ਕਲਾਮ ਵੀ ਉਹ ਪ੍ਰਚਾਰ ਬੜਾ ਸਿੱਧਾ ਸੁਣਾ ਸਿੱਧੀਆਂ ਗੱਲਾਂ ਕਹਿੰਦਾ ਮੈਂ ਕਿਹਾ ਤੂੰ ਸਿੱਧੀਆਂ ਗੱਲਾਂ ਕਰੀ ਜਦੋਂ ਕਲਾਮ ਹੀ ਦੇਖਿਆ ਤਲਵਾਰ ਹੀ ਦੇਖੀ ਮੈਂ ਕਿਹਾ ਤੈਨੂੰ ਖੁੰਡੀ ਕਰ ਦਵਾਂ ਮੈਂ ਉਹ ਕਿੱਦਾਂ ਉਹਦੀਆਂ ਨੁੱਕਰਾਂ ਨੂੰ ਮੋੜ ਦਵਾਂ ਇਹ ਤਲਵਾਰ ਦੇਖੀ ਇਹ ਚੁੱਪਣੀ ਆ ਤੇ ਉਹਨਾਂ ਦੇ ਨਹੀਂ ਚੁੱਪਦੀ ਜਿਹਨਾਂ ਨੇ ਰੱਖੀ ਨਹੀਂ ਆ ਕੋਲ ਹਾਲੇਲੂਇਆ ਤੇ ਉਹਦੇ ਚੁੱਪਣੀ ਆ ਕਈ ਵਾਰੀ ਨਾ ਤਲਵਾਰ ਦੇਖੀ ਕਰਦੇ ਕਰਦੇ ਤੇ ਬੰਦੇ ਦੇ ਆਪਣੀ ਉਂਗਲ ਦੇ ਉੱਤੇ ਮੇਰੇ ਕਈ ਵਾਰੀ ਲੱਗੀ ਆ ਮੇਰੇ ਕਲਾਮ ਕਈ ਵਾਰੀ ਲੱਗਾ ਹਾਲੇਲੂਇਆ ਤੇ ਫਿਰ ਤੁਸੀਂ ਕਿੱਦਾਂ ਵਾ ਵੀ ਤੁਸੀਂ ਕਿੱਦਾਂ ਸਮਝ ਲੈਂਦੇ ਹੋ ਸਾਨੂੰ ਫਿਰ ਕਲਾਮ ਲੱਗਣਾ ਨਹੀਂ ਆ ਇਹ ਲੱਗਣਾ ਹੀ ਲੱਗਣਾ ਵਾ ਤੇ ਦੀਪਾ ਉਤਰੀਆਂ ਅੱਗ ਵਾਲੀਆਂ ਪਹਿਲਾਂ ਕਬੂਤਰ ਉੱਤੇ ਸ਼ਾਂਤੀ ਦੇ ਰੂਪ ਵਿੱਚ ਯਿਸੂ ਮਸੀਹ ਦੇ ਉੱਤੇ ਯਿਸੂ ਮਸੀਹ ਨੇ ਸ਼ਾਂਤੀ ਦਾ ਪ੍ਰਚਾਰ ਕਰ ਦਿੱਤਾ ਹੈ ਸਵਰਗ ਰਾਜ ਨੇੜੇ ਹੈਗਾ ਤੋਬਾ ਕਰ ਲਓ ਤੋਬਾ ਕਰ ਲਓ ਜਦੋਂ ਸਭ ਨਵੇਂ ਨੇਮ ਵਿੱਚ ਪਵਿੱਤਰ ਆਤਮਾ ਉਤਰਿਆ ਉਦੋਂ ਕਿਹੜੇ ਰੂਪ ਦੇ ਵਿੱਚ ਉਤਰਿਆ ਗਿਆ ਉਹ ਅੱਗ ਜੀਆਂ ਜੀਭਾਂ ਉਤਰਿਆਂ ਤਾਂ ਫਿਰ ਉਹ ਲੋਕੀ ਬੈਠੇ ਟੇਕੇ ਟੇਕ ਕੇ ਨਹੀਂ ਬੈਠੇ ਜਦੋਂ ਅੱਗ ਦੀ ਜੀਭ ਮਿਲ ਗਏ ਕਿੱਦਾਂ ਟੇਕ ਕੇ ਬਹਿ ਜਾਈਏ ਉਹ ਅੱਗ ਨੇ ਹੁਣ ਕੰਮ ਤਾਂ ਕਰਨਾ ਹੀ ਆ ਅੱਗ ਨੇ ਕੰਮ ਤਾਂ ਸੇਕ ਤਾਂ ਲੱਗਣਾ ਹੀ ਲੱਗਣਾ ਜਦੋਂ ਜੀਭ ਆਈ ਆ ਪਤਰਸ ਖੜਾ ਹੋ ਗਿਆ ਜੀਭ ਲੈ ਕੇ ਅੱਗ ਦੀ ਜੀਭ ਲੈ ਕੇ ਜਦੋਂ ਉਹਨੇ ਜੀਭ ਨਾਲ ਪ੍ਰਚਾਰ ਕੀਤਾ 3000 ਲੋਕ ਕੀ ਹੋ ਗਏ ਤੇ ਅੱਜ ਤੁਹਾਨੂੰ ਜੀਭਾਂ ਨਹੀਂ ਮਿਲੀਆਂ ਤੇ ਕੰਮ ਤਾਂ ਹੋ ਹੀ ਨਹੀਂ ਰਿਹਾ ਜੀਭਾਂ ਬੁਝਾ ਲਈਆਂ ਅੱਗ ਬੁਝਾ ਲਈ ਆ ਜੈ ਹਾਲੇਲੂਇਆ ਹਾਲੇਲੂਇਆ ਅੱਗ ਬੁਝਾ ਲਈ ਅਸੀਂ ਅੱਗ ਕੀ ਕਰ ਲਈ ਆ ਬੁਝਾ ਲਈ ਟਿਕਟੋਕ ਚਲਾ ਕੇ ਬੁਝਾ ਲਈ ਆ ਵਟਸਐਪ ਫੇਸਬੁੱਕ ਯੂਟਿਊਬ ਚਲਾ ਕੇ ਬੁਝਾ ਲਈ ਆ ਅੱਗ ਤਾਂ ਆਪੇ ਬੁਝਣੀ ਆ ਜਦੋਂ ਸਾਰਾ ਦਿਨ ਟਿਕਟੋਕ ਤੇ ਰਹਿਣਾ ਵਾ ਜਿਹੜਾ ਟਿਕਟੋਕ ਹੈ ਨਾ ਅਸ਼ਲੀਲਤਾ ਨੂੰ ਫੈਲਾ ਰਿਹਾ ਵਾ ਜਿਹੜਾ ਟਿਕਟੋਕ ਹੈ ਕਿਹਨੂੰ ਫੈਲਾ ਰਿਹਾ ਵਾ ਅਸ਼ਲੀਲਤਾ ਨੂੰ ਫੈਲਾ ਰਿਹਾ ਵਾ ਜਿਹੜੀ ਪੂਰੀ ਅਸ਼ਲੀਲਤਾ ਨਾ ਟਿਕਟੋਕ ਤੇ ਸਭ ਤੋਂ ਜ਼ਿਆਦਾ ਡਾਂਸ ਜਿਹੜਾ ਟਿਕਟੋਕ ਤੇ ਹੋ ਰਿਹਾ ਮੁੰਡੇ ਕੁੜੀਆਂ ਡਾਂਸ ਟਿਕਟੋਕ ਤੇ ਕਰ ਰਹੇ ਆ ਐਕਟਿੰਗ ਸਾਰੀ ਜ਼ਿਆਦਾ ਟਿਕਟੋਕ ਤੇ ਹੋ ਰਹੀ ਆ ਅਸ਼ਲੀਲ ਡਾਂਸ ਸਾਰਾ ਟਿਕਟੋਕ ਤੇ ਹੋ ਰਿਹਾ ਉਹੀ ਦੇਖ ਦੇਖ ਕੇ ਅਸ਼ਲੀਲਤਾ ਫੈਲ ਰਹੀ ਆ ਅਸ਼ਲੀਲਤਾ ਸ਼ੈਤਾਨ ਤੋਂ ਸਭ ਤੋਂ ਵੱਡਾ ਹਥਿਆਰ ਆ ਹੁਣ ਦੇ ਸਮੇਂ ਵਿੱਚ ਇੱਕ ਨਸ਼ਾ ਪੈਸਾ ਤੇ ਅਸ਼ਲੀਲਤਾ ਫੈਲਾਈ ਜਾ ਰਹੀ ਆ ਜੇ ਕਹਿੰਦਾ ਤੂੰ ਗਲਤ ਬੁੱਢੇ ਨੂੰ ਕਹਿੰਦਾ ਜੇ ਤੂੰ ਮਤਲਬ ਕਿ ਫਿਜ਼ੀਕਲ ਰਿਲੇਸ਼ਨ ਨਹੀਂ ਬਣਾ ਸਕਦਾ ਸੋਚ ਕੇ ਤੈਨੂੰ ਗਲਤ ਕਰ ਦੂੰਗਾ ਸੋਚਾ ਤੇਰੇ ਦਿਮਾਗ 'ਚ ਸੋਚਾਂ ਇੱਦਾਂ ਦੇ ਲੈ ਆਊਂਗਾ ਵੀ ਤੂੰ ਕੀ ਕਰ ਲਵੇਂ ਪਾਪ ਕਰ ਲਵੇਂ ਇਹ ਚੀਜ਼ਾਂ ਹੋ ਰਹੀਆਂ ਵਾ ਜੇ ਟਿਕਟੋਕ ਕਿਤੇ ਵਧੀਆ ਕੰਮ ਹੋ ਰਿਹਾ ਬਿਲਕੁਲ ਵਧੀਆ ਨਹੀਂ ਹੋ ਰਿਹਾ ਇਹ ਪੂਰੇ ਇੰਡੀਆ ਦੇ ਵਿੱਚ ਨਹੀਂ ਬਾਹਰਲੀਆਂ ਕੰਟਰੀ ਟਿਕਟੋਕ ਜਿਹੜਾ ਇੱਕ ਜ਼ਹਿਰ ਆ ਜ਼ਹਿਰ ਜਿੱਦਾਂ ਚਾਈਨਾ ਦੇ ਵਿੱਚ ਇੱਕ ਵਾਇਰਸ ਆਇਆ ਨਾ ਕਰਾਊਨ ਵਾਇਰਸ ਆਇਆ ਵਾ ਇੱਦਾਂ ਹੀ ਇੱਕ ਵਾਇਰਸ ਆ ਜਿਹੜਾ ਸ਼ੈਤਾਨ ਨੇ ਫੈਲਾਇਆ ਸਾਡੇ ਮਸੀਹਾਂ ਦੇ ਵਿੱਚ ਵੀ ਇਹ ਫੈਲਦਾ ਹੀ ਜਾ ਰਿਹਾ ਫੈਲਦਾ ਹੀ ਜਾ ਰਿਹਾ ਫੈਲਦਾ ਹੀ ਜਾ ਰਿਹਾ
ਉੱਥੇ ਤੁਸੀਂ ਸਟੇਟਸ ਦੇ ਵਿੱਚ ਟਿਕਟੋਕ ਵਾਲੇ ਗੀਤ ਲਾਏ ਹੋਏ, ਉਸੇ ਸਟੇਟਸ ਦੇ ਵਿੱਚ ਤੁਸੀਂ ਕਲਾਮ ਲਾਇਆ ਹੋਇਆ, ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਿੱਦਾਂ ਰਹਿ ਸਕਦੀਆਂ? ਜੀਵ ਤਾਂ ਆਪੇ ਖਰਾਬ ਹੋਣੀਆਂ, ਅੱਗ ਤਾਂ ਤੁਸੀਂ ਆਪ ਬੁਝਾਈ ਆ ਪਾਣੀ ਪਾ ਕੇ, ਫਿਰ ਕਹਿੰਦੇ ਹੋ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਹੋ ਰਿਹਾ, ਲੋਕ ਬਚਦੇ ਨਹੀਂ, ਇਹ ਜੀਵ ਨੂੰ ਤੁਸੀਂ ਖਰਾਬ ਕਰ ਲਿਆ, ਅੱਗ ਤਾਂ ਤੁਸੀਂ ਆਪ ਬੁਝਾ ਲਈ ਆ, ਤੇ ਜੇ ਤੁਸੀਂ ਚਾਹੁੰਦੇ ਹੋ ਲੋਕਾਂ ਦੀਆਂ ਜ਼ਿੰਦਗੀਆਂ ਬਦਲ, ਆਪਣੇ ਅੰਦਰ ਅੱਗ ਨੂੰ ਰੱਖ, ਕਾਇਮ ਕਰ ਆਪਣੀ ਫਾਇਰ ਨੂੰ, ਕਾਇਮ ਰੱਖ ਆਪਣੇ ਮਸੇ ਨੂੰ, ਕਾਇਮ ਰੱਖ, ਫਿਰ ਲੋਕ ਬਚਦੇ ਆ। ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ। ਚੁੱਲ੍ਹੇ 'ਚ ਅੱਗ ਹੀ ਨਾ ਹੋਵੇ ਤੇ ਲੱਕੜ ਬਲੂਗੀ, ਚੁੱਲ੍ਹੇ 'ਚ ਅੱਗ ਚਾਹੀਦੀ ਆ ਅੱਗ ਬਾਲਣ ਨੂੰ, ਚੁੱਲ੍ਹੇ ਵਿੱਚ ਅੱਗ ਚਾਹੀਦੀ ਆ ਫਿਰ ਲੱਕੜ ਬਲਦੀ ਆ। ਹੁਣ ਤੁਸੀਂ ਇੱਕ ਚੁੱਲ੍ਹਾ ਵਾ, ਇੱਕ ਚੁੱਲ੍ਹਾ ਸਮਝਣਾ, ਚੁੱਲ੍ਹੇ ਵਿੱਚ ਤੁਸੀਂ ਸਾਰੇ ਚੁੱਲ੍ਹੇ ਵਿੱਚ ਬੈਠੇ ਹੋ, ਸਾਰੇ ਗਰਮ ਹੋ, ਸਾਰੇ ਕੀ ਹੋ? ਗਰਮ ਹੋ। ਭੈਣ ਖੜੀ ਹੋ, ਰਾਜ ਭੈਣ ਖੜੀ ਆ, ਇਸ ਭੈਣ ਨੂੰ ਚੁੱਲ੍ਹੇ 'ਚੋਂ ਬਾਹਰ ਕੱਢਤਾ, ਇੱਥੇ ਖੜੀ ਹੋ ਜਾ, ਇਹ ਗਰਮ ਰਹੂਗੀ। ਕਿਉਂ ਬੋਲਦੇ ਉੱਚੀ ਆਵਾਜ਼ ਨਾਲ, ਥੋੜ੍ਹਾ ਜਿਹਾ ਉੱਚੀ ਆਵਾਜ਼ ਨਾਲ, ਸੌਖੇ ਤਰੀਕੇ ਨਾਲ ਸਮਝਾਉਣਾ, ਚੁੱਲ੍ਹੇ ਤੋਂ ਬਾਹਰ ਆ, ਥੋੜ੍ਹੀ ਦੇਰ ਤਾਂ ਇਹ ਲਾਲ ਰਹੂਗੀ, ਥੋੜ੍ਹੀ ਦੇਰ ਕੀ ਰਹਿਣਾ ਇਹਨੇ, ਲਾਲ ਰਹੂਗੀ, ਮਸੇ ਦੇ ਵਿੱਚ ਉਹ ਕਿਆ ਪਾਤਾ ਕਿਆ ਬਸ, ਹੌਲੀ ਹੌਲੀ ਠੰਡੀ ਹੁੰਦੀ ਗਈ, ਠੰਡੀ ਹੁੰਦੀ ਗਈ, ਠੰਡੀ ਹੁੰਦੀ ਗਈ, ਫਿਰ ਟਿਕਟੋਕ ਸ਼ੁਰੂ ਹੋ ਗਿਆ। ਕੀ ਸ਼ੁਰੂ ਹੋ ਗਿਆ ਫਿਰ? ਕੋਈ ਹੈ ਬੀਬੀ ਕੋਈ ਟਿਕਟੋਕ ਵਾਲੀ ਜਿਹੜੀ ਮੂਵਿੰਗ ਇੱਥੇ ਤਾਂ ਕਰ ਲੈਂਦੀ ਹੋਵੇ? ਹਾਲੇ ਲਈ ਆ। ਸੁਣੋ, ਜਦੋਂ ਲੱਕੜ ਚੁੱਲ੍ਹੇ 'ਚੋਂ ਕੱਢ ਕੇ ਬਾਹਰ ਰੱਖ ਦੂੰਗਾ, ਲੱਕੜ ਬੁੱਝ ਜਾਊਗੀ, ਫਿਰ ਉਦੋਂ ਤਾਂ ਭਾਵੇਂ ਤੁਸੀਂ ਪਤੀਲਾ ਰੱਖ ਦਿਓ, ਦਾਲ ਦਾ ਚੌਲ ਦਾ ਕੋਈ ਸਬਜ਼ੀ ਤਾਂ ਬਣੂਗੀ। ਕਿਉਂ ਨਹੀਂ ਬਣਨੀ ਸਬਜ਼ੀ? ਕਿਉਂ ਨਹੀਂ ਬਣਨੀ? ਕਿਉਂਕਿ ਲੱਕੜ ਕੀ ਆ? ਕੋਲਾ ਕੀ ਹੋ ਗਿਆ? ਠੰਡਾ ਹੋ ਗਿਆ। ਇਸ ਕੋਲੇ ਨੂੰ ਗਰਮ ਕਰਨ ਲਈ ਚੁੱਲ੍ਹੇ ਵਿੱਚ ਆਉਣਾ ਪੈਣਾ ਵਾ। ਅੱਜ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਹਨਾਂ ਨੂੰ ਜੀਭਾਂ ਮਿਲੀਆਂ ਸੀਗੀਆਂ ਅੱਗ ਵਾਲੀਆਂ, ਤੇ ਜੀਭਾਂ ਠੰਡੀਆਂ ਹੋ ਚੁੱਕੀਆਂ, ਮਸਾ ਖਵਾ ਲਿਆ, ਮਸਾ ਠੰਡਾ ਕਰ ਲਿਆ, ਪਰ ਉਹਨਾਂ ਲੋਕਾਂ ਨੂੰ ਚੁੱਲ੍ਹੇ ਵਿੱਚ ਆਉਣਾ ਪੈਣਾ ਵਾ, ਫਿਰ ਗਰਮ ਹੋਣਾ ਵਾ, ਫਿਰ ਲੋਕ ਬਚਾ ਹੋਣੇ ਆ। ਜਦੋਂ ਅੱਗ ਤੁਹਾਡੇ ਅੰਦਰ ਹੋਊਗੀ, ਮਸਾ ਤੁਹਾਡੇ ਅੰਦਰ ਹੋਵੇਗਾ, ਅਭਿਸ਼ੇਕ ਤੁਹਾਡੇ ਅੰਦਰ ਹੋਵੇਗਾ, ਫਿਰ ਅਨੋਇੰਟਿੰਗ ਕੰਮ ਕਰੇਗੀ। ਹਾਲੇਲੂਯਾ! ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ। ਹਾਲੇਲੂਯਾ! ਪ੍ਰਭੂ ਯਿਸੂ ਮਸੀਹ ਨੂੰ ਕਬੂਤਰ ਆ ਗਿਆ, ਮਿਲ ਗਿਆ ਸ਼ਾਂਤੀ, ਤੇ ਚੇਲਿਆਂ ਨੂੰ ਅੱਗ ਮਿਲ ਗਈ, ਜੀਭਾਂ ਮਿਲ ਗਈਆਂ, ਉਹ ਬੈਠੇ ਨਹੀਂ ਆ, ਪ੍ਰਚਾਰ ਫੈਲਾਤਾ, ਤੇ ਤੁਹਾਨੂੰ ਵੀ ਉਹੀ ਮਸਾ ਮਿਲਿਆ ਹੋਇਆ ਵਾ, ਤੁਹਾਡੇ ਅੰਦਰ ਵੀ ਉਹੀ ਫਾਇਰ ਆ, ਤੁਹਾਡੇ ਅੰਦਰ ਵੀ ਉਹੀ ਅਨੋਇੰਟਿੰਗ ਆ, ਤੁਹਾਡੇ ਅੰਦਰ ਵੀ ਉਹੀ ਅੱਗ ਆ, ਪਰ ਉਹ ਅੱਗਾਂ 'ਚ ਬੁਝਾ ਲਈ ਅਸੀਂ ਆਪ। ਤੇ ਕਲਾਮ ਨੂੰ ਪੜ੍ਹਨਾ ਮੇਰੇ ਨਾਲ, ਲੁੱਕਾ ਦੀ ਅੰਜੀਲ 10 ਭਾਗ ਉਹਦੀ 4 ਆਇਤ। ਅੱਗ ਤੁਸੀਂ ਕਿੱਦਾਂ ਬੁਝਾਈ ਆ? ਫਾਇਰ ਨੂੰ ਕਿੱਦਾਂ ਬੁਝਾ ਲਿਆ ਤੁਸੀਂ ਆਪਣੀ ਨੂੰ? ਆਪਣੀ ਅਨੋਇੰਟਿੰਗ ਨੂੰ ਤੁਸੀਂ ਕਿੱਦਾਂ ਬੁਝਾ ਲਿਆ ਵਾ? ਪੜ੍ਹਨਾ ਆਰਾਮ ਨਾਲ, ਸੁਣਨਾ ਕਲਾਮ ਨੂੰ, ਅੱਜ ਬੜਾ ਵਧੀਆ ਕਲਾਮ ਹੈ, ਸੁਣਨਾ ਥੋੜ੍ਹਾ ਜਿਹਾ ਕਲਾਮ ਨੂੰ, ਧਿਆਨ ਨਾਲ ਸੁਣਨਾ। ਹਾਂਜੀ, ਪੜ੍ਹੋ ਪਤਰਸ ਜੀ। ਜਿਸ ਘਰ ਵਿੱਚ ਤੁਸੀਂ ਜਾਓ, ਸਟਾਰਟਿੰਗ ਤੋਂ ਐਤ ਪੜ੍ਹ, ਉਹੀ ਐਤ ਪੜ੍ਹਨੀ ਬਸ। ਨਾ ਬਟੂਆ, ਨਾ ਚੋਲਾ, ਨਾ ਜੁੱਤੀਆਂ ਲੋ, ਨਾ ਰਸਤੇ ਵਿੱਚ ਕਿਸੇ ਨੂੰ ਪ੍ਰਣਾਮ ਕਰੋ। ਹਾਲੇਲੂਯਾ! ਯਿਸੂ ਮਸੀਹ ਨੇ ਇੱਥੇ ਕੁਝ ਸ਼ਬਦ ਕਹੇ, ਮੋਰਲੇ ਛੱਡ ਦੇਣੇ, ਪਿਛਲਾ ਲੈਣਾ ਸ਼ਬਦ, ਰਾਸਤੇ ਵਿੱਚ ਕਿਸੇ ਨੂੰ, ਪੰਜਾਬੀ 'ਚ ਪ੍ਰਣਾਮ ਹੈ, ਹਿੰਦੀ ਵਿੱਚ ਨਮਸਤੇ ਲਿਖਿਆ ਹੋਇਆ, ਇੰਗਲਿਸ਼ ਦੇ ਵਿੱਚ ਸ਼ਾਇਦ ਵਿਸ਼ ਲਿਖਿਆ ਹੋਇਆ, ਵਿਸ਼ ਨਹੀਂ ਕਰਨਾ। ਦੇਖੋ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ, 12 ਚੇਲਿਆਂ ਨੂੰ ਵੀ ਕਿਹਾ ਸੀ, ਜਿਹੜੇ 70 ਚੇਲੇ ਭੇਜੇ ਸੀ ਨਾ ਪ੍ਰਚਾਰ ਕਰਨ ਲਈ, 70 ਚੇਲੇ, ਉਹਨਾਂ ਨੂੰ ਵੀ ਕਿਹਾ ਸੀਗਾ ਵੀ ਰਾਸਤੇ ਵਿੱਚ ਕਿਸੇ ਨੂੰ ਵਿਸ਼ ਪ੍ਰਚਾਰ ਮਤਲਬ ਕਰਨਾ, ਤੁਸੀਂ ਜਦੋਂ ਜਾਣਾ ਪ੍ਰਚਾਰ ਕਰਨ ਨਿਕਲਿਆ, ਤੁਸੀਂ ਸੇਵਕਾਈ ਦੇ ਵਿੱਚ ਨਿਕਲ ਚੁੱਕੇ ਆ, ਹੁਣ ਰਾਸਤੇ ਵਿੱਚ ਕਿਸੇ ਨੂੰ ਨਮਸਤੇ ਨਹੀਂ ਕਰਨਾ। ਹੁਣ ਰਾਸਤਾ ਮਤਲਬ ਸਮਝਣਾ ਵਾ, ਤੁਸੀਂ ਕਿੱਥੇ ਨਿਕਲੇ ਹੋ? ਅੱਜ ਤੁਸੀਂ ਜਦੋਂ ਯਿਸੂ ਮਸੀਹ ਵਿੱਚ ਆਏ ਆ, ਤਾਂ ਤੁਸੀਂ ਸੇਵਕਾਈ ਦੇ ਵਿੱਚ ਨਿਕਲੇ ਹੋ, ਮੇਰੀ ਸੇਵਕਾਈ ਜਿਹੜੀ ਉਹ ਮੈਂ ਕਰ ਰਿਹਾ, ਢਾਡੀ ਸੇਵਕਾਈ ਆ, ਢਾਡੀ ਸੇਵਕਾਈ ਆ, ਢਾਡੀ ਸੇਵਕਾਈ, 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 ਸੇਵਕਾਈ 'ਚ ਨਿਕਲੇ ਹੋ, ਤੁਸੀਂ ਸੇਵਕਾਈ 'ਚ ਨਿਕਲੇ ਹੋ, ਸੇਵਕਾਈ ਦੇ ਵਿੱਚ ਨਿਕਲੇ ਹੋ, ਤੁਸੀਂ ਕਾਹਦੇ ਵਿੱਚ ਨਿਕਲੇ ਹੋ?
ਇੱਥੇ ਜਿੰਨੇ ਵੀ ਬੈਠੇ ਨਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੁਹਾਡੀ ਸਾਰਿਆਂ ਦੀ ਸੇਵਕਾਈ ਹੈ, ਤੁਹਾਡੀ ਸਾਰਿਆਂ ਦੀ ਕੀ ਆ ਸੇਵਕਾਈ, ਜੋ ਯਿਸੂ ਮਸੀਹ ਦੇ ਲਈ ਨਿਕਲੇ ਹੋਏ ਆ, ਦੁਨੀਆਂ ਦੇ ਯਿਸੂ ਮਸੀਹ ਦੇ ਲਈ ਨਿਕਲੇ ਹੋਏ ਆ। ਹੁਣ ਸੁਣੋ ਰਾਸਤੇ 'ਚ ਨਮਸਤੇ ਦਾ ਮਤਲਬ ਕੀ ਆ, ਨਮਸਤੇ ਦਾ ਮਤਲਬ ਇਹ ਦੁਨੀਆਂ ਨੂੰ ਨਹੀਂ ਛੇੜਨਾ, ਦੁਨੀਆਂ ਨੂੰ ਨਹੀਂ ਬੁਲਾਉਣਾ, ਦੁਨੀਆਦਾਰੀ ਇਹ ਨਹੀਂ ਤੁਹਾਡੀ ਭੂਆ ਤਾਈ ਮਾਸੀ ਚਾਚਾ ਦਾਦਾ ਨਾਨਾ ਖੜਾ ਹੋਵੇ ਉਹਨੂੰ ਨਹੀਂ ਬੁਲਾਉਣਾ, ਉਹ ਨਹੀਂ, ਦੁਨੀਆਦਾਰੀ ਦਾ ਮਤਲਬ ਹੁਣ ਤੁਸੀਂ ਦੁਨੀਆਂ 'ਤੇ ਜਾਂਦੇ 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 ਪ੍ਰਚਾਰ ਕਰਦੇ ਹਾਂ, ਸੇਵਾ ਕਰਦੇ ਹੋ, ਘਰ ਦੇ ਵਿੱਚ ਬਾਹਰ ਅੰਦਰ ਬੈਠੇ ਹੋ ਅਤੇ ਇੰਟਰਨੈਟ ਖੋਲਿਆ ਨਾਲ ਹੀ ਗੰਦੀਆਂ ਫਿਲਮਾਂ ਦੇਖਣ ਲੱਗ ਪਏ, ਇਹ ਆ ਦੁਨੀਆਂ ਨੂੰ ਨਮਸਤੇ ਕਰਨ ਦੀ ਚੀਜ਼। ਜੇ ਤੁਸੀਂ ਚੱਲਦੇ 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 ਝੂਠ ਬੋਲਦੇ ਹੋ, ਇਹ ਆ ਦੁਨੀਆਂ ਨੂੰ ਨਮਸਤੇ ਕਰਨਾ। ਜੇ ਤੁਸੀਂ ਚੱਲਦੇ ਹੋ ਲਾਲਚ ਆ ਗਿਆ ਮਨ ਵਿੱਚ ਪੈਸੇ ਲਈ ਵੇਖ ਚੁੱਕੇ ਹੋ, ਇਹ ਆ ਨਮਸਤੇ ਦੁਨੀਆਂ ਨੂੰ ਕਰਨਾ, ਅਤੇ ਉਸੇ ਸਮੇਂ ਤੁਹਾਡੀ ਅਨੋਇੰਟਿੰਗ ਜਿਹੜਾ ਮਸਾ ਤੁਹਾਨੂੰ ਖਰਾਬ ਹੋ ਜਾਣਾ ਵਾ। ਹਾਲੇਲੂਇਆ, ਹਾਲੇਲੂਇਆ। ਸਮਝ ਨਹੀਂ ਆਈ ਲੱਗਦਾ, ਸਮਝ ਨਹੀਂ ਆਈ, ਸਮਝ ਆ ਗਈ ਤਾਂ ਤਾਰੀਫ ਕਰ ਸਕਦੇ ਯਿਸੂ ਮਸੀਹ ਲਈ। ਹਾਲੇਲੂਇਆ, ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਜੇ ਤੁਸੀਂ ਸੇਵਾ ਲਈ ਨਿਕਲੇ ਹੋ ਤੇ ਰਾਸਤੇ 'ਚ ਕਿਸੇ ਨੂੰ ਨਮਸਤੇ, ਰਾਸਤੇ 'ਚ ਕਿਸੇ ਨੂੰ ਨਮਸਤੇ ਨਹੀਂ ਕਰਨਾ। ਅੱਜ ਤੁਸੀਂ ਸੇਵਾ ਲਈ ਜਾ ਰਹੇ ਹੋ, ਸੇਵਾ ਕਰ ਰਹੇ ਹੋ, ਮੈਂ ਸੇਵਾ ਕਰ ਰਿਹਾ, ਮੈਂ ਸ਼ੁਰੂ ਕੀਤੀ ਹੋਈ ਸੇਵਾ ਯਿਸੂ ਮਸੀਹ ਦੇ ਲਈ, ਹੁਣ ਮੈਂ ਨਿਕਲਿਆ ਹੋਇਆ ਵਾਂ ਸੇਵਾ ਕਰ ਰਿਹਾ, ਤੇ ਮੈਂ ਫਿਰ ਦੁਬਾਰਾ ਉਹੀ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ 'ਚ ਮੈਨੂੰ ਯਿਸੂ ਮਸੀਹ ਨੇ ਕੱਢਿਆ ਉਹੀ ਕੰਮ ਕਰਾਂ, ਤੇ ਮੈਂ ਕੀ ਕਰ ਰਿਹਾ ਵਾਂ। ਬੋਲੋ ਜੀ ਭਾਈ, ਨਾ ਆਵਾਜ਼ ਨਹੀਂ ਆਉਣ ਰਹੀ ਕਿਉਂਕਿ ਸ਼ੈਤਾਨ ਨੇ ਵੀ ਕਿਹਾ ਸੀ ਮੈਨੂੰ ਝੁੱਕ ਕੇ ਕੀ ਕਰਦੇ, ਸਜਦਾ ਕਰਦੇ, ਨਮਸਤੇ ਕਰਦੇ, ਪ੍ਰਣਾਮ ਕਰਦੇ, ਧਨ ਦੌਲਤ ਸ਼ੌਹਰਤ ਦੁਨੀਆਂ ਦੀ ਤੈਨੂੰ। ਯਿਸੂ ਮਸੀਹ ਕੀ, ਸ਼ੈਤਾਨ ਕੀ ਕਹਿੰਦਾ ਮੈਨੂੰ ਕੀ ਕਰ, ਪ੍ਰਣਾਮ ਕਰ, ਮੈਨੂੰ ਕੀ ਕਰ, ਨਮਸਤੇ ਕਰ, ਮੈਨੂੰ ਕੀ ਕਰ, ਸਲਾਮ ਕਰ, ਮੈਨੂੰ ਕੀ ਕਰ, ਇਹ ਜੋ ਵੀ ਵਿਸ਼ ਕਰਨੀ ਆ ਕਰ। ਸ਼ੈਤਾਨ ਨੇ ਇਹ ਕਿਹਾ ਸੀ ਯਿਸੂ ਮਸੀਹ ਨੂੰ, ਅਤੇ ਯਿਸੂ ਮਸੀਹ ਨੇ ਮੂਹਰੇ ਕੀ ਕਿਹਾ ਸੀਗਾ, ਬੋਲੋ। ਯਿਸੂ ਮਸੀਹ ਨੇ ਸ਼ੈਤਾਨ ਨੂੰ ਜਵਾਬ ਦਿੱਤਾ ਸੀ ਕਿ ਜਾਂ ਯਿਸੂ ਮਸੀਹ ਨੇ ਨਮਸਤੇ ਕਰਤੀ, ਨਮਸਤੇ ਜੀ, ਇੱਦਾਂ ਕਰਕੇ ਕੀ ਕਿਹਾ ਸੀਗਾ, ਕੋਈ ਹੈ ਚਿਤਾਨ ਮੇਰੇ ਤੋਂ ਦੂਰ ਹੋ ਜਾਏ, ਇਹ ਨਹੀਂ ਗੱਲ ਕਹੀ, ਕੀ ਕਿਹਾ ਸੀ ਬਿੱਕੀ ਸਾਹਿਬ ਜੀ, ਉੱਚੀ ਭੈਣ ਬੋਲ ਕੇ ਦੱਸੋ। ਹਾਲੇਲੂਇਆ, ਕਹਿੰਦੇ ਅਸੀਂ ਨਮਸਤੇ ਯਿਸੂ ਮਸੀਹ ਨੂੰ ਕਰਦੇ ਹਾਂ ਹੋਰ ਕਿਸੇ ਨੂੰ ਵੀ, ਯਿਸੂ ਮਸੀਹ ਕਹਿੰਦਾ ਮੈਂ ਨਮਸਤੇ, ਮੈਂ ਸਜਦਾ ਪ੍ਰਭੂ, ਯਿਸੂ ਮਸੀਹ ਕਹਿੰਦਾ ਪਰਮੇਸ਼ਵਰ ਨੂੰ ਕਰਦਾ ਹੋਰ ਕਿਸੇ ਦੇ ਸਾਹਮਣੇ ਵੀ, ਤੇ ਤੁਸੀਂ ਸਜਦਾ, ਤੁਸੀਂ ਨਮਸਤੇ ਕਿਹਨੂੰ ਕਰਨੀ ਆ, ਬੋਲਦੇ ਨਹੀਂ ਉੱਚੀ ਆਵਾਜ਼ ਨਾਲ, ਕਿਹਨੂੰ ਕਰਨੀ ਆ ਪ੍ਰਭੂ, ਇਹ ਥੋੜ੍ਹਾ ਮੈਂ ਵੀ ਦੁਨੀਆਦਾਰੀ ਨੂੰ ਦੇਖਿਓ, ਕਿਆ ਬਾਤ ਹੈ ਵੀ ਮੈਂ ਸਲੂਟ ਕਰਦਾ ਵੀ ਤੈਨੂੰ, ਫਿਰ ਜੇ ਤੂੰ ਉਹਨੂੰ ਸਲੂਟ ਕਰਦਾ ਯਿਸੂ ਮਸੀਹ ਨੂੰ ਕੀ ਕਰਦਾ, ਯਿਸੂ ਮਸੀਹ ਨੂੰ ਮੈਂ ਤੂੰ ਕੀ ਕਰਦਾ, ਮਤਲਬ ਸਿਰ ਤੋਂ ਉਹਦੇ ਮੂਹਰੇ ਚੁੱਕਿਆ, ਸਲੂਟ ਦਾ ਮਤਲਬ ਹੁੰਦਾ ਸਲੂਟ ਦਾ ਸਿਰ ਝੁਕਾ ਰਹੇ ਹਾਂ ਅਸੀਂ, ਆਹ ਸਲੂਟ ਜਿਹੜਾ ਜਦੋਂ ਆਰਮੀ ਸਲੂਟ ਮਾਰਦੀ ਝੰਡੇ ਨੂੰ, ਮਤਲਬ ਵੀ ਝੁਕਦੀ ਹੈ ਝੰਡੇ ਦੇ ਮੂਹਰੇ, ਕਿਸੇ ਵੱਡੇ ਅਫਸਰ ਨੂੰ ਸਲੂਟ ਮਾਰਦੇ, ਅਫਸਰ ਦੇ ਮੂਹਰੇ ਝੁਕਣਾ ਹੁੰਦਾ ਇਹਨੂੰ ਸਲੂਟ, ਅਤੇ ਚੇ ਕਿਹਾ ਜਾਂਦਾ, ਅਤੇ ਜਦੋਂ ਤੁਸੀਂ ਕਿਸੇ ਦੁਨੀਆ ਵੀ ਹੀਰੇ ਨੂੰ ਜਾਂ ਹੀਰੋ ਨੂੰ ਸਲੂਟ ਮਾਰਦੇ ਹੋ ਜਾਂ ਕਿਸੇ ਵੀ ਹੋਰ ਨੂੰ ਖੁਦਾ ਨੂੰ ਛੱਡ ਕੇ ਕਿਸੇ ਹੋਰ ਦੇ ਮੂਹਰੇ ਇੱਦਾਂ ਕਰਦੇ ਹੋ, ਵਾਜੀਵਾ ਕਿਆ ਬਾਤ ਹੈ, ਕਿਆ ਬੰਦਾ ਵੀ ਵਾਜੀਵਾ, ਮੇਰਾ ਨਮਸਤੇ ਜੀ ਇਹਨੂੰ, ਮੇਰਾ ਸਲਾਮ ਹੈ ਜੀ ਇਹਨੂੰ, ਉਸੇ ਸਮੇਂ ਤੁਹਾਡਾ ਮੱਥਾ ਟੇਕਿਆ ਗਿਆ ਸ਼ੈਤਾਨ ਦੇ ਮੂਹਰੇ, ਤੁਹਾਡਾ ਉਸੇ ਸਮੇਂ ਅਨੋਇੰਟਿੰਗ ਗਈ। ਸਮਝ ਨਹੀਂ ਆ ਰਹੀ, ਆ ਰਹੀ ਆ, ਹੈ ਸੇਡ ਨੂੰ ਹੁਣ ਆ ਰਹੀ ਆ ਨਾ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਕਹਿੰਦਾ ਜਦੋਂ ਤੂੰ ਘਰੇ ਨਿਕਲਿਆ ਵਾ, ਹੁਣ ਸੁਣੋ ਯਿਸੂ ਮਸੀਹ ਨੇ ਚੇਲਿਆਂ ਨੂੰ ਕਿਉਂ ਇੰਨੀ ਗੱਲ ਕਹਿਤੀ, ਕਿਉਂਕਿ ਪਤਾ ਸੀਗਾ ਵੀ ਇਹਨਾਂ ਨੇ ਜਦੋਂ ਨਿਕਲਣਾ ਵਾ ਰਾਸਤੇ 'ਚ ਬਹੁਤ ਦੁਨੀਆਦਾਰੀ ਵਾਲੇ ਮਿਲਣੇ, ਪੈਸੇ ਵਾਲੇ ਮਿਲਣੇ ਆ, ਧਨ ਦੌਲਤਾਂ ਸ਼ੌਹਰਤਾਂ ਵਾਲੇ ਮਿਲਣੇ ਆ, ਇੱਧਰ ਉੱਧਰਲੇ ਲੋਕ ਮਿਲਣੇ ਆ, ਇਹਨਾਂ ਨੂੰ ਕਿੰਤੂ ਪ੍ਰਿੰਤੂ ਕਰਨ ਵਾਲੇ ਲੋਕ ਮਿਲਣੇ ਆ, ਕਿਤੇ ਇਹਨਾਂ ਨੂੰ ਭਟਕਾਉਣ ਵਾਲੇ, ਤਾਂ ਹੀ ਯਿਸੂ ਮਸੀਹ ਨੇ ਕਹੀ ਕਿ ਇਹਨੂੰ ਨਮਸਤੇ। ਯਿਸੂ ਮਸੀਹ ਤੋਂ ਵੱਡੇ ਵੱਡੇ ਲੋਕ ਕਹਿੰਦਾ, ਯਿਸੂ ਮਸੀਹ ਕਹਿੰਦਾ ਨਾ ਵੀ ਦੁਨਿਆਵੀ ਤੌਰ 'ਤੇ ਦੱਸ ਰਿਹਾ ਵੀ ਜਿੱਦਾਂ ਮੈਂ ਦੁਨੀਆ ਦੱਸਿਆ, ਮੇਰੇ ਤੋਂ ਵੀ ਹੋਰ ਵੀ ਇਹਨਾਂ ਨੂੰ ਕਈ ਤਰ੍ਹਾਂ ਦੇ ਲੋਕ ਮਿਲਣੇ ਆ, ਵੀ ਕਿਤੇ ਅਗਲੇ ਉਹਨਾਂ ਦੇ ਮੂਹਰੇ ਝੋਕੀ ਨਾ ਜਾਣ, ਕਿਤੇ ਉਹਨਾਂ ਨੂੰ ਸਲਾਮ ਨਾ ਕਰਨ, ਕਿਆ ਬਾਤ ਹੋਵੇ ਅਸੀਂ ਦੇਖੇ ਨਹੀਂ ਇੱਦਾਂ ਦਾ ਬੰਦਾ। ਯਿਸੂ ਮਸੀਹ ਇਸ ਲਈ ਕਹਿ ਰਿਹਾ ਸੀ ਕਿਸੇ ਨੂੰ ਸਲਾਮ, ਨਮਸਤੇ, ਵਿਸ਼, ਇਹ ਦੁਨਿਆਵੀ ਤਰੀਕੇ ਨਾਲ ਨਹੀਂ ਮੈਂ ਕਹਿ ਰਿਹਾ, ਹੁਣ ਇਹ ਸੁਣ ਲਓ ਵੀ ਜੇ ਕੋਈ ਤੁਹਾਡਾ ਵੱਡਾ ਮਿਲਦਾ ਉਹਨੂੰ ਜ਼ਰੂਰ ਸਲਾਮ ਦਵਾ ਕਰੋ, ਉਹ ਨਹੀਂ ਮੈਂ ਕਹਿ ਰਿਹਾ, ਸ਼ੈਤਾਨ ਦੁਨੀਆਦਾਰੀ ਨੂੰ ਮੈਂ ਕਹਿ ਰਿਹਾ ਵਾਂ। ਹੁਣ ਤੁਸੀਂ ਯਿਸੂ ਮਸੀਹ ਵਿੱਚ ਆ ਗਏ, ਸੇਵਕਾਈ ਦੇ ਵਿੱਚ ਆ ਗਏ ਹੋ, ਜਿਸ ਤਰ੍ਹਾਂ ਭਾਈ ਗਗਨ, ਭਾਈ ਸ਼ਿੰਦਾ ਜੀ, ਭਾਈ ਸੇਠ ਜੀ, ਭਾਈ ਬੱਚੇ ਆਏ ਨੇ ਮਸੀਹ ਵਿੱਚ ਆ ਗਏ ਨੇ, ਹੁਣ ਇਹਨੇ ਪੁਰਾਣੀ ਜ਼ਿੰਦਗੀ ਛੱਡਤੀ, ਫਿਰ ਉਹ ਪੁਰਾਣੇ ਕੰਮ ਕਰ ਰਿਹਾ, ਤਾਂ ਮਤਲਬ ਸ਼ੈਤਾਨ ਨੂੰ ਕੀ ਕਰ ਰਿਹਾ ਵਾ, ਨਮਸਤੇ ਕਰ ਰਿਹਾ, ਰਾਸਤੇ 'ਚ ਚੱਲਦਾ ਚੱਲਦਾ ਕੀ ਕਰ ਰਿਹਾ ਵਾ, ਯਿਸੂ ਮਸੀਹ ਰਾਸਤਾ, ਤੁਸੀਂ ਰਾਸਤੇ ਉੱਤੇ ਚੱਲਦੇ ਹੋ, ਸ਼ੈਤਾਨ ਰਾਸਤੇ ਜਿਹੜਾ ਉੱਥੇ, ਸ਼ੈਤਾਨ ਨੂੰ ਦੇਖ ਕੇ ਕਹੋ ਕਿਆ ਬਾਤ ਹੈ ਵੀ ਵਾਹ ਜੀ ਵਾਹ, ਤੇਰੇ ਸਿੰਘ ਬੜੇ ਸੋਹਣੇ ਆ, ਓਏ ਓਏ ਕਿਆ ਬਾਤ ਹੈ ਜੀ, ਫਿਰ ਤੋਂ ਨਮਸਤੇ ਹੋ ਗਿਆ ਨਾ,
ਮਸਾ ਗਿਆ। ਇੱਕ ਬੰਦੇ ਨੂੰ ਹੋਰ ਪ੍ਰਭੂ ਯਿਸੂ ਮਸੀਹ ਨੇ ਕਹੀ, ਚੇਲੇ ਨੇ ਕਿਹਾ ਸੀਗਾ ਵੀ ਰਾਸਤੇ 'ਚ ਕਿਸੇ ਨੂੰ ਪ੍ਰਣਾਮ ਨਹੀਂ ਕਰਨਾ। ਸਮਝ ਆ ਰਹੀ ਆ? ਦੂਸਰਾ ਰਾਜਾ ਜਦੋਂ ਤੁਸੀਂ ਪੜ੍ਹਦੇ ਹੋ, ਪੜ੍ਹਨਾ ਨਹੀਂ, ਸੁਣੋ ਸਟੋਰੀ ਨੂੰ। ਦੂਸਰਾ ਰਾਜਾ ਪੜ੍ਹਦੇ ਹੋ, ਜਦੋਂ ਦੂਸਰਾ ਰਾਜਾ ਪੜ੍ਹਦੇ ਹੋ, ਚੌਥਾ ਭਾਗ ਪੜ੍ਹਦੇ ਹੋ, 29 ਆਦ ਵਿੱਚ ਲਿਖਿਆ ਹੋਇਆ, ਜਦੋਂ ਅਲੀਸ਼ਾ ਨੇ ਆਪਣੇ ਚੇਲੇ ਨੂੰ ਕਿਹਾ, ਗਹਾਜੀ ਨੂੰ ਕਿਹਾ, ਗਹਾਜੀ ਜਾ ਮੇਰੀ ਸ਼ਰੀਰ ਲੈ ਕੇ ਜਾ। ਜਦੋਂ ਵਿਧਵਾ ਉਹ ਤਾਂ ਬੁੜੀ ਦਾ ਬੱਚਾ ਮਰ ਗਿਆ, ਸ਼ਨੋਮੀ ਦਾ ਬੱਚਾ ਮਰ ਗਿਆ, ਉਹਦਾ ਮੁੰਡਾ ਮਰ ਗਿਆ, ਕਹਿੰਦਾ ਰਾਸਤੇ 'ਚ ਕਿਸੇ ਨੂੰ ਪ੍ਰਣਾਮ, ਰਾਸਤੇ 'ਚ ਕਿਸੇ ਨੂੰ ਪ੍ਰਣਾਮ। ਸਮਝੀ ਜਾਣੀ ਗੱਲ ਨੂੰ? ਰਾਸਤੇ 'ਚ ਕਿਸੇ ਨੂੰ ਵੀ ਪ੍ਰਣਾਮ। ਛੜੀ ਦੇ ਦਿੱਤੀ ਉਹਦੇ ਹੱਥ ਵਿੱਚ, ਛੜੀ ਦੇ ਦਿੱਤੀ, ਲਾਠੀ ਆਪਣਾ ਟਾਂਗਾ ਉਹਨੇ ਹੱਥ ਵਿੱਚ ਦਿੱਤਾ, ਪਰ ਜਦੋਂ ਗਹਾਜੀ ਗਿਆ, ਗਹਾਜੀ ਨੇ ਜਾ ਕੇ ਟਾਂਗਾ ਰੱਖਿਆ, ਬੱਚਾ ਜਿੰਦਾ ਹੋ ਗਿਆ। ਹੋ ਗਿਆ ਕਿਉਂ ਨਹੀਂ ਹੋਇਆ? ਉਹਨੂੰ ਇੱਕ ਹਦਾਇਤ ਦਿੱਤੀ ਸੀ ਰਾਸਤੇ ਵਿੱਚ, ਬੁਲਾਉਣਾ ਨਹੀਂ ਕਿਸੇ ਨੂੰ, ਬੋਲੋ, ਰਾਸਤੇ 'ਚ ਕਿਸੇ ਨੂੰ ਪ੍ਰਣਾਮ ਨਹੀਂ ਕਰਨਾ, ਰਾਸਤੇ 'ਚ ਕਿਸੇ ਨੂੰ ਪ੍ਰਣਾਮ ਨਹੀਂ ਕਰਨਾ। ਤਾਂ ਉਹਨੇ ਕੀ ਕੀਤਾ ਹੋਊਗਾ? ਕੁਛ ਤਾਂ ਗੜਬੜ ਹੋਈ ਆ ਨਾ ਉਸ ਸਮੇਂ ਦੇ ਵਿੱਚ, ਕੁਛ ਤਾਂ ਹੋਇਆ ਹੀ ਆ, ਉਹਨੇ ਕੁਛ ਤਾਂ ਹੁਕਮ ਨੂੰ ਤੋੜਿਆ ਹੀ ਆ, ਜਿਹੜਾ ਬੱਚਾ ਜਿੰਦਾ ਨਹੀਂ ਹੋਇਆ। ਜਦੋਂ ਛੜੀ ਰੱਖੀ ਜਦੋਂ ਜਿੰਦਾ ਨਹੀਂ ਹੋਇਆ, ਜਦੋਂ ਉਹੀ ਛੜੀ ਅਲੀਸ਼ਾ ਨੇ ਖੁਦ ਜਾ ਕੇ ਬੱਚੇ 'ਤੇ ਰੱਖੀ ਤੇ ਬੱਚਾ ਕੀ ਹੋ ਗਿਆ? ਜਿੰਦਾ ਹੋ ਗਿਆ। ਇਹਦਾ ਮਤਲਬ ਛੜੀ ਵੀ ਜਾਣਦੀ ਸੀਗੀ, ਜਿਹੜੀ ਲਾਠੀ ਆ ਛੜੀ ਆ ਉਹ ਵੀ ਜਾਣਦੀ ਆ ਵੀ ਇਹਨੇ ਕੀ ਕੀਤਾ ਰਾਸਤੇ ਵਿੱਚ, ਹੁਕਮ ਨੂੰ ਤੋੜਿਆ, ਤੇ ਉਹ ਵੀ ਇਸਤੇਮਾਲ ਨਹੀਂ ਹੋਈ। ਇਸੇ ਤਰ੍ਹਾਂ ਤੁਹਾਨੂੰ ਦੱਸਣਾ ਚਾਹੁੰਦਾ, ਵਚਨ ਜਿਹੜੀ ਜੀਭ ਤੁਹਾਨੂੰ ਮਿਲੀ ਆ, ਤੁਹਾਨੂੰ ਜਿਹੜੀ ਜੀਭ ਮਿਲੀ ਆ ਉਹ ਵੀ ਉਦੋਂ ਹੀ ਇਸਤੇਮਾਲ ਹੁੰਦੀ ਹੈ ਜਦੋਂ ਤੁਸੀਂ ਵਚਨ ਦੇ ਵਿੱਚ ਆ, ਜਦੋਂ ਤੁਸੀਂ ਖੁਦਾਵੰਦ ਦੇ ਵਿੱਚ ਆ। ਜੇ ਤੁਸੀਂ ਦੁਨੀਆਦਾਰੀ ਵਾਲੇ ਕੰਮ ਕਰਦੇ ਆ ਤੇ ਫਿਰ ਉਹ ਜੀਭ ਨੂੰ ਇਸਤੇਮਾਲ ਕਰਦੇ ਹੋ ਕੰਮ। ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ? ਆ ਰਹੀ ਹੈ ਨਾ ਸਮਝ? ਜੇ ਤੁਸੀਂ ਦੁਨੀਆਦਾਰੀ ਵਾਲਾ ਕੰਮ ਕਰਕੇ ਫਿਰ ਜੀਵ ਨੂੰ ਇਸਤੇਮਾਲ ਕਰਦੇ ਹੋ, ਪ੍ਰਭੂ ਦੇ ਵਚਨ ਨੂੰ ਇਸਤੇਮਾਲ ਕਰਦੇ ਹੋ, ਇਸਤੇਮਾਲ ਨਹੀਂ ਹੋਊਗਾ, ਕੰਮ ਨਹੀਂ ਹੋਊਗਾ। ਕਿਉਂਕਿ ਅਲੀਸ਼ਾ ਨੇ ਗਹਾਜੀ ਨੂੰ ਛੜੀ ਦਿੱਤੀ, ਕਹਿੰਦਾ ਰਾਸਤੇ 'ਚ ਤੂੰ ਕਿਸੇ ਨੂੰ ਵੀ ਪ੍ਰਣਾਮ ਨਹੀਂ ਕਰਨਾ, ਛੜੀ ਲੈ ਜਾ ਮੂੰਹ ਤੇ ਰੱਖ ਦੇ, ਬੱਚਾ ਜਿੰਦਾ ਹੋ ਜੂ, ਪਰ ਰਾਸਤੇ 'ਚ ਪ੍ਰਣਾਮ ਨਹੀਂ ਕਰਨਾ। ਉਹ ਗਿਆ ਵਾ ਜਾ ਕੇ ਬਹਿਬਲ ਦੇ, ਇਹ ਨਹੀਂ ਦੱਸਿਆ ਰਾਸਤੇ 'ਚ ਕੀ ਕੀਤਾ, ਉਹਨਾਂ ਨੇ ਇਹ ਦੱਸਿਆ ਬੱਚੇ 'ਤੇ ਛੜੀ ਰੱਖੀ ਤੇ ਬੱਚਾ ਜਿੰਦਾ ਨਹੀਂ ਹੋਇਆ। ਜਦੋਂ ਅਲੀਸ਼ਾ ਨੇ ਰੱਖੀ ਤੇ ਬੱਚਾ ਕੀ ਹੋ ਗਿਆ? ਜਿੰਦਾ ਹੋ ਗਿਆ। ਹੁਣ ਇੱਕ ਸਿੰਪਲ ਤਰੀਕੇ ਨਾਲ ਸਮਝਾਉਣਾ, ਪਰਫਿਊਮ ਦਾ ਕਿੰਨਿਆਂ ਨੂੰ ਪਤਾ? ਪਰਫਿਊਮ ਜਿਹੜਾ ਪਰਫਿਊਮ ਆ ਪਿਸ ਪਿਸ ਪਾਉਂਦੇ ਆ, ਕਈ ਨਹੀਂ ਵੀ ਠੰਡ 'ਚ ਨਹਾਉਂਦੇ ਤੇ ਸ਼ੈਂਟ ਪਾਏ ਆਉਂਦੇ ਹੁੰਦੇ ਆ, ਵਾਲਾਂ ਨੂੰ ਉੱਤੋਂ ਜਾਂ ਪੋਚਾ ਕਰ ਲੈਂਦੇ ਆ ਵੀ ਹਾਂ ਵੀ ਨਹਾਤਾ ਹੋਇਆ ਲੱਗ ਦੂਗਾ। ਹਾਲੇਲੂਇਆ। ਪਰਫਿਊਮ ਜਦੋਂ ਸ਼ੀਸ਼ੀ 'ਚੋਂ ਖਤਮ ਵੀ ਹੋ ਜਾਵੇ, ਸਮੈਲ ਖਤਮ ਹੁੰਦੀ ਉਹਦੇ ਵਿੱਚੋਂ, ਡੱਬੀ 'ਚੋਂ ਸਮੈਲ ਖਤਮ ਹੁੰਦੀ ਆ, ਨਹੀਂ ਖਤਮ ਹੁੰਦੀ। ਏਦਾਂ ਹੀ ਕ੍ਰਿਸਚਨ ਆ, ਮਸੀਹੀ ਆ। ਜਦੋਂ ਤੁਸੀਂ ਦੁਨੀਆਦਾਰੀ ਵਾਲਾ ਕੰਮ ਕਰ ਲੈਂਦੇ ਹੋ ਨਾ, ਚਾਹੇ ਚੋਰੀ ਕੀਤਾ, ਚਾਹੇ ਜਿੱਦਾਂ ਵੀ ਕੀਤਾ, ਸੋਚ ਕੇ ਸਮਝ ਕੇ ਪਾਪ ਕਰ ਲਿਆ, ਦੁਨੀਆ ਨੂੰ ਨਮਸਤੇ ਕਰਦਾ, ਸ਼ੈਤਾਨ ਨੂੰ ਨਮਸਤੇ ਕਰਦਾ, ਲੋਕਾਂ ਲਈ ਤਾਂ ਤੁਸੀਂ ਠੀਕ ਆ, ਲੋਕਾਂ ਲਈ ਮੈਂ ਪ੍ਰਚਾਰਕ ਹੀ ਰਹਿਣਾ ਵਾ, ਲੋਕਾਂ ਲਈ ਮੈਂ ਕੀ ਰਹਿਣਾ ਵਾ, ਪ੍ਰਚਾਰਕ ਰਹਿਣਾ ਵਾ, ਪਰ ਜਿਹੜਾ ਕਲਾਮ ਹੈ ਨਾ ਉਹਨੇ ਅਸਰ ਨਹੀਂ ਕਰਨਾ। ਪਰਫਿਊਮ ਦੀ ਡੱਬੀ ਇੱਦਾਂ ਹੀ ਆ, ਲੋਕਾਂ ਨੂੰ ਦੱਸਦੀ ਹੁੰਦੀ ਵੀ ਹਾਂ ਵੀ ਸ਼ੈਂਟ ਦੀ ਡੱਬੀ ਆ, ਭਾਵੇਂ 'ਚ ਨਹੀਂ ਵੀ ਆ, ਤੁਸੀਂ ਸੁੰਘੋਗੇ ਤਾਂ ਵੀ ਸਮੈਲ ਦੀ ਸਮੈਲ ਆਉਂਦੀ ਰਹਿਣੀ ਆ, ਪਰਫਿਊਮ ਦੀ ਸਮੈਲ ਰਹਿਣੀ ਆ। ਇੱਦਾਂ ਹੀ ਛੜੀ ਸੀਗੀ, ਗਹਾਜੀ ਨੇ ਫੜ ਲਈ, ਰੱਖ ਦਿੱਤੀ ਆ, ਪਰ ਅਸਰ ਨਹੀਂ ਹੋਇਆ, ਕਿਉਂਕਿ ਛੜੀ ਨੂੰ ਵੀ ਪਤਾ ਲੱਗ ਗਿਆ ਸੀ ਇਹਨੇ ਰਾਸਤੇ 'ਚ ਕੀ ਕਰਤਾ ਵਾ, ਪ੍ਰਣਾਮ ਕਰ ਦਿੱਤਾ ਵਾ। ਇੱਦਾਂ ਹੀ ਤੁਹਾਡੀਆਂ ਜ਼ਿੰਦਗੀਆਂ ਵਾ, ਅੱਜ ਉਹਨਾਂ ਪਾਸਟਰਾਂ ਦੀਆਂ, ਐਵੈਂਜਲਿਸਟ ਦੀ, ਅਪੋਸਟਲ ਦੀ, ਪ੍ਰੋਫਿਟ ਦੀ ਜ਼ਿੰਦਗੀ ਆ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀਗੇ ਪ੍ਰਚਾਰਕ, ਅੱਜ ਪ੍ਰਚਾਰ ਵੀ ਕਰਦੇ, ਦੁਆਵਾਂ ਕਰਦੇ, ਅਸਰ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਉਹਨਾਂ ਨੇ ਪ੍ਰਣਾਮ ਕੀਤਾ, ਉਹਨਾਂ ਨੇ ਸ਼ੈਤਾਨ ਨੂੰ ਕੀ ਕੀਤਾ ਹੋਇਆ, ਦੁਨੀਆਦਾਰੀ ਨੂੰ ਕੀ ਕੀਤਾ ਹੋਇਆ, ਪ੍ਰਣਾਮ ਕੀਤਾ ਹੋਇਆ।
ਤੇ ਜਦੋਂ ਅਸੀਂ ਦੁਨੀਆ ਨੂੰ ਪ੍ਰਣਾਮ ਨਹੀਂ ਕਰਦੇ, ਯਿਸੂ ਮਸੀਹ ਨੂੰ ਸਜਦਾ ਕਰਦੇ ਆ, ਯਿਸੂ ਮਸੀਹ ਦੇ ਵਚਨ ਤੇ ਦੁਬਾਰਾ ਚੱਲਦੇ ਆ, ਪ੍ਰਚਾਰ ਸੁਣਾਉਂਦੇ ਆ, ਤੇ ਤੁਹਾਡਾ ਇੱਕ ਇੱਕ ਸ਼ਬਦ ਲੋਕਾਂ ਦੀ ਜ਼ਿੰਦਗੀ ਬਦਲਣ ਦੀ ਤਾਕਤ ਰੱਖਦਾ ਵਾ, ਇੱਕ ਇੱਕ ਸ਼ਬਦ ਲੋਕਾਂ ਦੀ ਜ਼ਿੰਦਗੀ, ਉਹ ਮਰੇ ਹੋਏ ਲੋਕ ਜਿਹੜੇ ਪਾਪ ਵਿੱਚ ਗੁਨਾਹ ਵਿੱਚ, ਜਦੋਂ ਤੁਸੀਂ ਸ਼ਬਦ ਬੋਲਦੇ ਆ ਉਹ ਲੋਕ ਜੀਦੇ ਹੁੰਦੇ ਆ ਯਿਸੂ ਦੇ ਸਵਰਤੀ ਨਾਮ ਮੈਂ, ਹਾਲੇਲੂਇਆ, ਉਹ ਲੋਕ ਜੀਦੇ ਹੁੰਦੇ ਨੇ, ਜਦੋਂ ਤੁਸੀਂ ਲਾਠੀ, ਜਦੋਂ ਤੁਸੀਂ ਵਚਨ ਰੱਖਦੇ ਹੋ ਜ਼ਿੰਦਗੀ ਦੇ ਵਿੱਚ, ਤਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲਦੀਆਂ ਵਾ, ਹਾਲੇਲੂਇਆ। ਜਦੋਂ ਤੁਸੀਂ ਰਾਸਤੇ 'ਚ ਪ੍ਰਣਾਮ ਕਰਦੇ, ਪ੍ਰਣਾਮ ਮਤਲਬ ਦੁਨੀਆਦਾਰੀ, ਦੁਨੀਆ ਦੇ ਵਿੱਚ ਚੱਲ ਜਾਂਦੇ ਹੋ, ਦੁਨੀਆਦਾਰੀ ਕਰ ਵਾਲੇ ਕੰਮ ਕਰਦੇ ਹੋ, ਮੈਨੂੰ ਯਿਸੂ ਮਸੀਹ ਨੇ ਫਿਰ ਵਿਚਾਰ ਦੇ ਵਿੱਚੋਂ ਬਾਹਰ ਕੱਢਿਆ, ਨਸ਼ੇ 'ਚੋਂ ਬਾਹਰ ਕੱਢਿਆ, ਲੜਾਈਆਂ 'ਚੋਂ ਬਾਹਰ ਕੱਢਿਆ, ਝਗੜਿਆਂ 'ਚੋਂ ਬਾਹਰ ਕੱਢਿਆ, ਤਾਂ ਮੈਂ ਫਿਰ ਦੁਬਾਰਾ ਉਹੀ ਕੰਮ ਕਰਾਂ ਜੋ ਪਹਿਲਾਂ ਕਰਦਾ ਸੀ। ਤਾਂ ਇੱਥੇ ਪ੍ਰਚਾਰ ਸੁਣਾਵਾਂ, ਤੁਹਾਨੂੰ ਅਸਰ ਹੋਊਗਾ ਤੁਹਾਡੇ 'ਤੇ? ਕੁਛ ਨਹੀਂ ਅਸਰ ਹੋਣਾ, ਲਾਠੀ ਜਿਹੜੀ ਨਾ ਕੰਮ ਨਹੀਂ ਕਰੂਗੀ, ਕਲਾਮ ਤੁਹਾਡੀ ਜ਼ਿੰਦਗੀ 'ਚ ਕੰਮ ਨਹੀਂ ਕਰੂਗਾ। ਭਾਈ ਗਗਨ ਦੀ ਜ਼ਿੰਦਗੀ ਬਦਲੀ ਹੈ, ਛਿੰਦਾ ਸਾਹਿਬ ਦੀ ਜ਼ਿੰਦਗੀ ਬਦਲੀ, ਇਹਨਾਂ ਭਾਈ ਸਾਹਿਬ ਦੀ, ਹਿੰਦਪਾਲ ਸਾਹਿਬ ਦੀ, ਆ ਸਾਰਿਆਂ ਦੀ ਤੁਹਾਡੀ ਜ਼ਿੰਦਗੀ ਬਦਲੀ ਹੈ, ਕਲਾਮ ਦੀ ਵਜ੍ਹਾ ਨਾਲ ਬਦਲੀ ਹੈ। ਜਦੋਂ ਇਹ ਮੂੰਹ 'ਚੋਂ ਕਲਾਮ ਨਿਕਲਿਆ ਤੁਹਾਡੀ ਜ਼ਿੰਦਗੀਆਂ ਵਿੱਚ ਗਿਆ, ਤਾਂ ਤੁਹਾਡੀ ਜ਼ਿੰਦਗੀਆਂ ਬਦਲੀਆਂ, ਹਾਲੇਲੂਇਆ। ਜ਼ਿੰਦਗੀਆਂ ਬਦਲੀਆਂ ਵਾ, ਤੁਸੀਂ ਜ਼ਿੰਦਾ ਹੋਏ ਲੋਕ ਆ, ਤੁਸੀਂ ਜ਼ਿੰਦਾ ਹੋਏ ਲੋਕ ਆ, ਹਾਲੇਲੂਇਆ, ਹਾਲੇਲੂਇਆ। ਕਦੋਂ ਜਦੋਂ ਯਿਸੂ ਮਸੀਹ ਨੇ ਮੈਨੂੰ ਕਿਹਾ ਸੀ ਰਾਸਤੇ 'ਚ ਕਿਸੇ ਨੂੰ ਪ੍ਰਣਾਮ, ਕਹਿੰਦਾ ਤੂੰ ਨਿਕਲ ਚੱਲਾਂ ਹੁਣ ਸੇਵਾ ਕਰਨ ਦੇ ਲਈ, ਨਿਕਲਿਆ ਤਾਂ ਸੇਵਾ ਕਰਨ ਲਈ, ਹੁਣ ਜੋ ਪਹਿਲਾਂ ਕਰਦਾ ਸੀਗਾ ਉਹ ਕੰਮ ਦੁਬਾਰਾ ਨਹੀਂ ਕਰਨੇ। ਮੈਂ ਵੀ ਟਿਕਟੋਕ ਬਣਾ ਲਵਾਂ, ਜਿੰਨੇ ਮਰਜ਼ੀ ਟਿਕਟੋਕ ਬਣਾ ਲਵਾਂ, ਤਾਂ ਫਿਰ ਮੇਰੇ 'ਚ ਤਾਂ ਦੁਨੀਆ 'ਚ ਅੰਤਰ ਕੀ ਰਹਿ ਗਿਆ? ਮੈਂ ਵੀ ਜਿੰਨੇ ਮਰਜ਼ੀ ਸਟੇਟਸ ਵਧੀਆ ਵਧੀਆ ਬਣਾ ਕੇ, ਰੋਂਦੇ ਧੋਂਦੇ ਪਿੱਟ ਕੇ, ਐਕਟਰਾਂ ਦੀਆਂ ਕਰਕੇ ਸ਼ਕਲਾਂ ਬਣਾ ਕੇ, ਜੋ ਮਰਜ਼ੀ ਕਰੀ ਜਾਵਾਂ, ਮੇਰੇ 'ਚ ਦੁਨੀਆ ਵਿੱਚ ਕੀ ਫਰਕ ਰਹਿ ਗਿਆ? ਮੈਂ ਵੀ ਪੈਸੇ ਲਈ ਚਰਚ ਚਲਾਵਾਂ, ਪੈਸੇ ਲਈ ਮਿਨਿਸਟਰੀ ਕਰਾਂ, ਪੈਸੇ ਵਾਸਤੇ ਲੋਕਾਂ ਦੇ ਵਿੱਚ ਜਾਵਾਂ, ਪੈਸੇ ਲਈ ਮੈਂ ਬੰਦਗੀਆਂ ਕਰਾਂ, ਪੈਸੇ ਲਈ ਮੈਂ ਗਾਵਾਂ, ਪੈਸੇ ਲਈ ਪ੍ਰਚਾਰ ਕਰਾਂ, ਮੇਰੇ ਵਿੱਚ ਦੂਜੇ ਲੋਕਾਂ 'ਚ ਫਰਕ ਕੀ ਰਹਿ ਗਿਆ? ਮੈਂ ਵੀ ਉਹੀ ਹੋ ਗਿਆ ਫਿਰ, ਕਿੱਦਾਂ ਫਿਰ ਪ੍ਰਭੂ ਦੀ ਲਾਠੀ ਕਿੱਦਾਂ ਕੰਮ ਕਰੂਗੀ? ਜਦੋਂ ਮੈਂ ਸ਼ੈਤਾਨ ਦੇ ਆਖੇ ਲਾ ਕੇ ਦੁਨੀਆਦਾਰੀ ਨੂੰ ਸਲਾਮ ਨਹੀਂ ਕਰੂੰਗਾ, ਹਾਲੇਲੂਇਆ। ਹੁਣ ਉਹੀ ਕੰਮ ਦੂਜਾ ਭਾਈ ਕਰਦਾ ਜਿਹੜਾ ਯਿਸੂ ਮਸੀਹ ਨੂੰ ਨਹੀਂ ਮੰਨਦਾ, ਦੋਨੇ ਖੜੇ ਹੋ ਜਾਓ, ਲਵ ਇਹ ਮੁੰਡਾ ਨੌਨ ਕ੍ਰਿਸਚਨ ਹੈ, ਮਤਲਬ ਯਿਸੂ ਮਸੀਹ ਨੂੰ ਨਹੀਂ ਮੰਨਦਾ, ਤੇ ਆ ਯਿਸੂ ਮਸੀਹ ਨੂੰ ਮੰਨਦਾ। ਹੁਣ ਇਹ ਵੀ ਟਿਕਟੋਕ ਬਣਾਈ ਜਾਵੇ ਤੇ ਇਹ ਵੀ ਬਣਾਈ ਜਾਵੇ, ਦੋਨਾਂ 'ਚ ਕੀ ਅੰਤਰ ਆ? ਇਹ ਵੀ ਨਸ਼ਾ ਕਰਦਾ, ਉਹ ਵੀ ਕਰਦਾ, ਦੋਨਾਂ ਵਿੱਚ ਇਹਦੀ ਵੀ ਕੁੜੀ ਸਹੇਲੀ ਆ ਤੇ ਇਹ ਵੀ ਸਹੇਲੀ ਬਣਾ ਲਵੇ, ਦੋਨਾਂ ਵਿੱਚ ਉਹ ਥੋੜ੍ਹਾ ਬੋਲ ਤਾਂ ਦਿਓ, ਕੋਈ ਹੈ ਅੰਦਰ ਦੋਨਾਂ ਵਿੱਚ? ਅੰਦਰ ਤਾਂ ਹੋਣਾ ਚਾਹੀਦਾ ਸੀਗਾ, ਕਿਉਂਕਿ ਉਹ ਮਸੀਹ ਹੈ, ਮਸੀਹ ਨਹੀਂ ਆ, ਅੰਦਰ ਤਾਂ ਦੋਨਾਂ ਵਿੱਚ ਹੋਣਾ ਚਾਹੀਦਾ ਸੀ। ਇਹ ਵੀ ਝੂਠ ਬੋਲਦਾ ਵਾ, ਉਹ ਵੀ ਝੂਠ ਬੋਲਦਾ, ਕਿਉਂ ਨਹੀਂ ਅੱਛੀ ਆਵਾਜ਼ ਨਾਲ, ਉਹ ਵੀ ਝੂਠ ਬੋਲੀ ਜਾਂਦਾ, ਦੋਨਾਂ ਵਿੱਚ ਅੰਤਰ ਹੈਗਾ। ਤੁਹਾਡੀ ਆਇਡੈਂਟੀਟੀ ਆ, ਤੁਹਾਨੂੰ ਇੱਕ ID ਮਿਲੀ ਹੋਈ ਆ, ਤੁਹਾਡੇ ਕੋਲ ਅਨੋਇੰਟਿੰਗ ਆ, ਤੁਹਾਡੇ ਕੋਲ ਮਸਾ ਵਾ, ਤੁਹਾਡੇ ਤੋਂ ਪਵਿੱਤਰਤਾ ਹੀ ਆ। ਮੰਨ ਲਓ ਇਹਦਾ ਫਰੈਂਡ ਇਹਨੂੰ ਕਹਿੰਦਾ ਯਾਰ ਮੇਰੀ ਸਹੇਲੀ ਹੈ, ਮੈਂ ਵੀ ਤੇਰੀ ਕਿਸੇ ਕੋਈ ਸਹੇਲੀ ਬਣਾਵਾਂ, ਇਹ ਕਹੇ ਯਾਰ ਨਹੀਂ ਮੈਂ ਬਿਨਾਂ ਸਹੇਲੀ ਤੋਂ ਚੰਗਾ ਵਾਂ, ਮੈਂ ਮਸੀਹ ਹਾਂ, ਮੈਂ ਯਿਸੂ ਮਸੀਹ ਨੂੰ ਮੰਨਦਾ, ਮੈਂ ਕੰਮ ਨਹੀਂ ਕਰਦਾ, ਯਾਰ ਮੈਂ ਵੀ ਚਿੱਟਾ ਪੀਨਾ, ਮੈਂ ਵੀ ਕੂਲੀ ਪਲਾਉਂਦਾ, ਮੈਂ ਵੀ ਤੰਬਾਕੂ ਖਾਂਦਾ, ਸਿਗਰਟ ਬੀੜੀ, ਚਿੱਟਾ ਪੀਨਾ, ਤੂੰ ਵੀ ਪੀ ਲਾ, ਤੈਨੂੰ ਫ੍ਰੀ ਪਲਾਉਂਦਾ, ਇਹ ਕਹੇ ਯਾਰ ਮੈਂ ਇੱਕੋ ਨਸ਼ਾ ਕੀਤਾ ਯਿਸੂ ਮਸੀਹ ਦੇ ਨਾਮ ਦਾ, ਮੈਂ ਦੁਨਿਆਵੀ ਨਸ਼ਾ ਨਹੀਂ ਕਰਦਾ। ਇਹਦੀ ਆਇਡੈਂਟੀ ਆ, ਇਹਦੀ ਆਇਡੈਂਟੀਟੀ ਆ, ਇਹ ਆ ਇਹਦੀ ਪਰਸਨੈਲਿਟੀ, ਇਹ ਆ ਇਹਦੀ ਮਸੀਹਤ, ਇਹ ਆ ਪ੍ਰਣਾਮ ਨਹੀਂ ਕਰ ਰਿਹਾ ਦੁਨੀਆ ਨੂੰ, ਇਹ ਆ ਪ੍ਰਣਾਮ ਨਹੀਂ ਕਰ ਰਿਹਾ ਦੁਨੀਆ ਨੂੰ, ਯਿਸੂ ਮਸੀਹ ਨੂੰ ਪ੍ਰਣਾਮ ਕਰ ਚੁੱਕਿਆ, ਹਾਲੇਲੂਇਆ, ਹਾਲੇਲੂਇਆ। ਕਹਿੰਦਾ ਮੈਂ ਆਪਣਾ ਸਿਰ ਯਿਸੂ ਮਸੀਹ ਦੇ ਦਰ ਤੇ ਝੁਕਾ ਚੁੱਕਿਆ ਵਾਂ, ਹੁਣ ਮੈਂ ਚੱਕ ਨਹੀਂ ਸਕਦਾ, ਇਹ ਆ ਸਿਰ ਥੋੜੋ ਵਾਂ, ਇੱਥੇ ਵੀ ਚੱਕ, ਇੱਥੇ ਵੀ ਚੱਕ ਤੇ ਇੱਥੇ ਵੀ ਚੱਕ, ਉਹ ਸਿਰ ਥੋੜੋ ਹੋ ਗਿਆ, ਇਹ ਤਾਂ ਇੱਥੇ ਵੀ ਚੱਕ, ਇੱਥੇ ਵੀ ਝੁੱਕ ਗਿਆ, ਇੱਥੇ ਇੱਥੇ ਇੱਥੇ, ਸਿਰ ਹੀ ਮਾਰਦੇ ਰਹੋਗੇ, ਸਰਵਾਈਕਲ ਤਾਂ ਆਪੇ ਹੋਣਾ, ਸਮਝਦੇ ਹੋ ਗੱਲ ਨੂੰ? ਫਿਰ ਇਹ ਮਸੀਹ 'ਚ ਲੜੀ ਫਰਕ ਕੀ ਆ? ਤੁਸੀਂ ਵੀ ਦੁਨੀਆ ਵਾਲੇ ਕੰਮ ਕਰਨ ਡੇ ਹੋ,
ਤਾਂ ਫਿਰ ਇਹ ਕਿੱਦਾਂ ਕਹਿ ਸਕਦਾ ਮੈਂ ਮਸੀਹ ਆ? ਇਹਦੀ ਜੀਵ ਜਿਹੜੀ ਹੈ ਨਾ, ਇਹਦੀ ਅੱਗ ਜਿਹੜੀ ਹੈ, ਇਹਦੀ ਉਹ ਬੁੱਝ ਚੁੱਕੀ ਆ। ਇਹ ਲਾਠੀ ਕੰਮ ਨਹੀਂ ਕਰਨੀ। ਫਿਰ ਜਿੰਨਾ ਮਰਜ਼ੀ ਦੋ ਦੋ ਢਾਈ ਢਾਈ ਘੰਟੇ ਦੁਆ ਕਰੀ ਜਾਓ। ਪ੍ਰਭੂ ਕਹਿੰਦਾ ਢਾਈ ਘੰਟੇ ਦੁਆ ਕੀ ਕਰੂਗੀ? ਗਹਾਜੀ ਦੁਆ ਨਹੀਂ ਸੀ ਕਰਦਾ, ਕਰਦਾ ਸੀ। ਦੁਹਾਜੀ ਦੇ ਹੱਥ, ਗਹਾਜੀ ਦੇ ਹੱਥ ਵਿੱਚ ਛੜੀ ਸੀ, ਜਾ ਕੇ ਮੂੰਹ ਤੇ ਰੱਖੀ, ਜੀਦਾ ਨਹੀਂ ਹੋਇਆ। ਕਿਉਂ? ਕਿਉਂਕਿ ਉਹਨੇ ਪ੍ਰਣਾਮ ਕੀਤਾ ਦੁਨੀਆ ਨੂੰ। ਕੀ ਕੀਤਾ? ਪ੍ਰਣਾਮ ਕੀਤਾ। ਤੇ ਤੁਹਾਡੀ ਜ਼ਿੰਦਗੀ ਵਿੱਚ ਅੱਜ ਕੰਮ ਕਿਉਂ ਨਹੀਂ ਹੋ ਰਿਹਾ? ਤੁਹਾਡੀ ਜਿਹੜੀ ਅੱਗ ਬੁਝਾ ਚੁੱਕੀ ਆ ਦੁਨੀਆ ਨੂੰ ਪ੍ਰਣਾਮ ਕਰਨਾ। ਜਦੋਂ ਤੁਸੀਂ ਪ੍ਰਣਾਮ ਕਰਦੇ ਨਾ ਦੁਨੀਆ ਨੂੰ ਪ੍ਰਣਾਮ, ਮਤਲਬ ਮੈਂ ਫਿਰ ਤੋਂ ਕਹਿ ਰਿਹਾ, ਦੁਨਿਆਵੀ ਤਰੀਕੇ ਨਾਲ ਨਾ ਲਵੋ, ਇਹਨੂੰ ਸਪਿਰਚੁਅਲ ਤਰੀਕੇ ਨਾਲ ਸਮਝੋ। ਜਦੋਂ ਤੁਸੀਂ ਸ਼ੈਤਾਨ ਦੇ ਮੋਹਰੇ ਝੁੱਕ ਚੁੱਕੇ ਨਾ, ਤਾਂ ਜਿੰਨਾ ਮਰਜ਼ੀ ਦੁਆਵਾਂ ਕਰੀਓ, ਪ੍ਰਾਰਥਨਾਵਾਂ ਕਰੀਓ, ਕੋਈ ਸਮਰਥ ਨਹੀਂ ਹੋਣੀ, ਕੋਈ ਕੰਮ ਨਹੀਂ ਹੋਣਾ। ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਹੋਊਗੀ ਜਿਹੜੀ ਤੁਸੀਂ ਚੀਜ਼ ਨੂੰ ਤਰਸਦੇ ਅੱਜ। ਹਾਲੇਲੂਹੀਆ। ਤੁਹਾਡੇ 'ਚ ਤਾਂ ਫਿਰ ਇਹਦੇ ਵਿੱਚ ਕੋਈ ਅੰਤਰ ਹੋਣਾ ਚਾਹੀਦਾ। ਜੋ ਇਹ ਕਰਦੇ ਹੋ ਤੁਸੀਂ ਨਹੀਂ ਕਰਨੇ ਚਾਹੀਦੇ। ਹਾਲੇਲੂਹੀਆ। ਤੁਹਾਡਾ ਸਿਰ ਸਿਰਫ ਔਰ ਸਿਰਫ ਯਿਸੂ ਮਸੀਹ ਦੇ ਮੋਹਰੇ ਝੁਕਿਆ ਰਹਿਣਾ ਚਾਹੀਦਾ, ਕਿਸੇ ਦੁਨੀਆ ਦੇ ਮੋਹਰੇ ਨਹੀਂ ਝੁਕਣਾ ਚਾਹੀਦਾ। ਤਾਂ ਦੇਖੋ ਤੁਹਾਡੀ ਜ਼ਿੰਦਗੀ 'ਚ ਵੱਡੇ ਵੱਡੇ ਕੰਮ ਹੋਣਗੇ। ਹਾਲੇਲੂਹੀਆ। ਹਾਲੇਲੂਹੀਆ। ਇਸ ਲਈ ਯਿਸੂ ਮਸੀਹ ਨੇ ਚੇਲਿਆਂ ਨੂੰ ਕਿਹਾ ਸੀਗਾ ਲੂਕਾ 10:4 ਦੇ ਵਿੱਚ, ਕਹਿੰਦਾ ਜਦੋਂ ਤੁਸੀਂ ਨਿਕਲੋ ਨਾ ਬਟੂਆ ਲੈਣਾ, ਨਾ ਕੁੜਤਾ ਲੈਣਾ, ਕੁਛ ਵੀ ਨਹੀਂ ਲੈਣਾ, ਨਾ ਹੀ ਰਾਸਤੇ ਵਿੱਚ ਕਿਸੇ ਨੂੰ ਪ੍ਰਣਾਮ ਕਰਨਾ। ਰਾਸਤੇ 'ਚ ਕਿਸੇ ਨੂੰ ਪ੍ਰਣਾਮ ਵੀ, ਇਹ ਥੋੜਾ ਵੀ ਤੁਸੀਂ ਉਦੋਂ ਚਰਚ 'ਚ ਆਉਂਦੇ ਹੋ ਸ਼ਹਿਰੋਂ ਮਾਰਦੀ ਆ ਗਲੀ, ਜਿਹੜੀ ਅਨੋਇੰਟਿੰਗ ਮਿਲੀ ਕਿਉਂ ਨਹੀਂ ਕੰਮ ਕਰਦੀ? ਕਾਰਨ ਕੀ ਆ?
ਹਾਲੇਲੂਇਆ ਹਾਲੇਲੂਇਆ। ਇੱਕ ਹੋਰ ਬਹੁਤ ਵਧੀਆ ਚੀਜ਼ ਤੁਹਾਨੂੰ ਦੱਸਣ ਲੱਗਾ, ਤਿਆਰ ਹੋ ਸੁਣਨ ਵਾਸਤੇ? ਅੱਛਾ, ਬਹੁਤ ਸਾਰੇ ਲੋਕ ਦੁਆਵਾਂ ਕਰਦੇ ਹੁੰਦੇ, ਪ੍ਰਭੂ ਜੀ ਮੈਨੂੰ ਏਲੀਆ ਵਾਲਾ ਮਸਾ ਦੇ ਦੇ, ਅਲੀਸ਼ਾ ਵਾਲਾ ਮਸਾ ਦੇ ਦੇ। ਕਿਹੜਾ ਮਸਾ ਦੇ ਦੇ ਮੈਨੂੰ? ਕਿਹੜਾ ਮਸਾ ਦੇ ਦੇ? ਅਲੀਸ਼ਾ ਵਾਲਾ ਮਸਾ ਦੇ ਪ੍ਰਭੂ ਯਿਸੂ ਮਸੀਹ ਜੀ, ਜਿੱਦਾਂ ਉਹਦੀਆਂ ਹੱਡੀਆਂ ਵਿੱਚ ਮਸਾ ਦੇ, ਮੇਰੀਆਂ ਵੀ ਹੱਡੀਆਂ 'ਚ ਮਸਾ ਆ ਜਾਵੇ। ਉਹ ਪ੍ਰਭੂ ਜੀ ਮੈਨੂੰ ਏਲੀਆ ਵਾਲਾ ਮਸਾ ਦੇ ਦੇ ਪ੍ਰਭੂ ਯਿਸੂ ਮਸੀਹ ਜੀ, ਜਿੱਦਾਂ ਏਲੀਆ ਨੇ ਅੱਗ ਲਾਤੀ ਮੈਂ ਵੀ ਅੱਗ ਲਾਉਣੀ ਆ। ਮੰਗਦੇ ਹੁੰਦੇ ਜਾਂ ਨਹੀਂ ਮੰਗਦੇ ਹੁੰਦੇ? ਪਰ ਜਦੋਂ ਵਚਨ ਦੀ ਸਮਝ ਰੱਖਦੀ ਨਾ, ਬੁੱਧੀ ਖੁੱਲਦੀ ਹੈ। ਹਾਲੇਲੂਇਆ। ਮੈਂ ਏਲੀਆ ਵਾਲਾ ਮਸਾ ਕਿਉਂ ਲਵਾਂ? ਅਲੀਸ਼ਾ ਦਾ ਮਸਾ ਕਿਉਂ ਮੈਂ ਲਵਾਂ? ਅੱਜ ਬਹੁਤੇ ਲੋਕ ਫੇਸਬੁੱਕ ਤੇ ਯੂਟਿਊਬ 'ਤੇ ਵੀ ਕਹਿੰਦੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਏਲੀਆ ਵਾਲੀ ਅਨੋਇੰਟਿੰਗ ਦੇਣ ਜਾ ਰਿਹਾ, ਏਲੀਆ ਵਾਲਾ ਮਸਾ ਦੇਣ ਜਾ ਰਿਹਾ, ਕਿਉਂ ਉਹਨਾਂ ਦਾ ਮਸਾ ਲਵਾਂ ਮੈਂ? ਮੇਰੇ ਤੋਂ ਯਿਸੂ ਮਸੀਹ ਵਾਲਾ ਮਸਾ ਵਾ, ਤੁਹਾਡੇ ਤੋਂ ਯਿਸੂ ਮਸੀਹ ਵਾਲਾ ਮਸਾ ਵਾ, ਤੁਹਾਡੇ ਤੋਂ ਯਿਸੂ ਮਸੀਹ ਵਾਲਾ ਮਸਾ ਵਾ। ਹਾਲੇਲੂਇਆ ਹਾਲੇਲੂਇਆ। ਨਹੀਂ ਸਮਝੇ? ਵਚਨ ਬਹੁਤ ਗਹਿਰਾ ਵਾ, ਗੱਲਾਂ ਬਹੁਤ ਗਹਿਰੀਆਂ ਜਿਹੜੀਆਂ ਤੁਹਾਨੂੰ ਕਲਾਮ ਦੀਆਂ ਮੈਂ ਦੱਸ ਰਿਹਾ ਵਾਂ, ਇਹ ਕਿਸੇ ਨੇ ਨਹੀਂ ਦੱਸਣੀਆਂ। ਅਤੇ ਜੇ ਸੁਣਨੀਆਂ ਵੀ ਹੋਣਗੀਆਂ ਪੈਸੇ ਲਾਉਣੇ ਪੈਂਦੇ ਆ ਇਹਨਾਂ ਗੱਲਾਂ ਨੂੰ ਸਿੱਖਣ ਲਈ। ਹਾਲੇਲੂਇਆ। ਸੁਣੋ, ਏਲੀਆ ਅਲੀਸ਼ਾ ਦਾ ਅਸੀਂ ਮਸਾ ਕਿਉਂ ਲਈਏ? ਉਹਨਾਂ ਦਾ ਮਸਾ ਉਹਨਾਂ ਦੇ ਨਾਲ, ਸਾਡੇ ਨਾਲ ਕੀ ਵਾਸਤਾ? ਹੁਣ ਤੁਹਾਨੂੰ ਦੱਸਣ ਲੱਗਾ, ਸੁਣੋ, ਗੱਲ ਬੜੀ ਇੰਪੋਰਟੈਂਟ ਹੈ, ਬੜੀ ਭੇਤ ਦੀ ਗੱਲ ਆ। ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ, ਜਦੋਂ ਯਿਸੂ ਮਸੀਹ ਦਾ ਮਸਾ ਕੀਤਾ ਗਿਆ, ਜਦੋਂ ਮੇਰਾ ਮਸਾ ਹੋਇਆ, ਮੇਰੇ ਅੰਦਰ ਮੇਰੇ ਬੱਚੇ ਸੀਗੇ, ਵਿਆਹ ਤੋਂ ਪਹਿਲਾਂ ਮੇਰੇ ਅੰਦਰ ਮੇਰੇ ਬੱਚੇ ਸੀਗੇ, ਉਹ ਬੱਚੇ ਵਿਆਹ ਤੋਂ ਬਾਅਦ ਬਾਹਰ ਆਏ। ਇੱਦਾਂ ਹੀ ਤੁਸੀਂ ਯਿਸੂ ਮਸੀਹ ਦੇ ਅੰਦਰ ਸੀ, ਯਿਸੂ ਮਸੀਹ ਦਾ ਇਕੱਲੇ ਦਾ ਮਸਾ ਨਹੀਂ ਹੋਇਆ, ਤੁਹਾਡਾ ਸਾਰਿਆਂ ਦਾ ਮਸਾ ਹੋਇਆ ਉਹਦੇ ਨਾਲ, ਮੇਰਾ ਵੀ ਮਸਾ ਹੋਇਆ ਉਹਦੇ ਨਾਲ। ਜਦੋਂ ਦੀ ਔਲਾਦ ਬਣੀ ਹੈ ਤਾਂ ਸਾਡੇ ਅੰਦਰ ਯਿਸੂ ਮਸੀਹ ਦੀ ਅਨੋਇੰਟਿੰਗ ਆ। ਹਾਲੇਲੂਇਆ ਹਾਲੇਲੂਇਆ। ਵਿਦ ਰੈਫਰੈਂਸ ਪੜ੍ਹਾ ਦਿੰਦੇ ਹਾਂ ਤੁਹਾਨੂੰ, ਪਹਿਲਾ ਯੋਹੰਨਾ ਦੂਸਰਾ ਭਾਗ, ਪਹਿਲਾ ਯੋਹੰਨਾ। ਹਾਲੇਲੂਇਆ ਹਾਲੇਲੂਇਆ। ਇੱਦਾਂ ਦਾ ਜੀਵਨ ਸਾਥੀ ਮੈਨੂੰ ਪ੍ਰਭੂ ਨੇ ਦਿੱਤਾ, ਜਿਹੜਾ ਮੇਰਾ ਸਾਥ ਦੇ ਰਹੀ ਹੈ ਮਿਨਿਸਟਰੀ 'ਚ। ਇੱਕ ਬੰਨੇ ਮੁੰਡਾ ਅਤੇ ਇੱਕ ਬੰਨੇ ਉਹਦੇ ਆਪਣੇ ਜ਼ਖਮ ਇੰਨੇ, ਮਤਲਬ ਕਿ ਇਹ ਨਹੀਂ ਵੀ ਘੰਟੇ ਦੋ ਘੰਟੇ ਹੋ ਗਏ ਨੇ ਓਪਰੇਸ਼ਨ ਤੋਂ, ਥੱਲੇ ਲੈ ਕੇ ਸਟੇਚਰ 'ਤੇ ਪਾ ਕੇ ਅਤੇ ਨਾਲ ਹੀ ਫੋਨ ਔਨ ਕੀਤਾ ਅਤੇ ਫੋਨ ਆਉਣ ਲੱਗ ਪਏ ਦਵਾਵਾਂ ਵਾਲਿਆਂ ਦੇ। ਲੋਕਾਂ ਨੂੰ ਨਹੀਂ ਸੀ ਪਤਾ, ਜਦੋਂ ਦਵਾਵਾਂ ਵਾਲੇ ਫੋਨ ਅਸੀਂ ਇਹ ਵੀ ਨਹੀਂ ਦੱਸਦੇ ਵੀ ਬਿਮਾਰ ਹੈ, ਇਹ ਵੀ ਨਹੀਂ ਕਹਿੰਦੇ ਮੇਰਾ ਦਰਦ ਹੁੰਦੀ, ਉਹਨਾਂ ਲਈ ਆਪ ਦਰਦ ਦੇ ਵਿੱਚ ਉਹਨਾਂ ਲਈ ਦਵਾਵਾਂ ਕਰੀ ਜਾਂਦੀ ਆ। ਜੋ ਲੋਕ ਚੰਗੇ ਹੋਈ ਜਾਂਦੇ ਆ, ਬਾਅਦ ਵਿੱਚ ਫੋਨ 'ਤੇ ਮੈਸੇਜ ਕਰਦੇ, ਸਿਸਟਰ ਜੀ ਤੁਸੀਂ ਦਵਾ ਕੀਤੀ ਸੀਗੀ ਸਾਡੇ ਮੁੰਡੇ ਦਾ ਵੀਜ਼ਾ ਲੱਗ ਗਿਆ, ਤੁਸੀਂ ਦਵਾ ਕੀਤੀ ਸੀਗੀ ਉਹਦੇ ਦਰਦ ਹਟ ਗਈ, ਸਿਸਟਰ ਜੀ ਤੁਸੀਂ ਦਵਾ ਕੀਤੀ ਸੀਗੀ ਉਹਦਾ ਕੰਮ ਬਣ ਗਿਆ, ਇਹ ਗਵਾਹੀ ਹੁੰਦੀ ਆ। ਹਾਲੇਲੂਇਆ। ਕਿਉਂ? ਅਸੀਂ ਯਿਸੂ ਮਸੀਹ ਤੋਂ ਸਿੱਖਿਆ, ਯਿਸੂ ਮਸੀਹ ਸਲੀਬ ਦੇ ਉੱਤੇ ਆ, ਹੱਥਾਂ 'ਚ ਕਿੱਲ, ਪੈਰਾਂ 'ਚ ਕਿੱਲ, ਸਿਰ 'ਤੇ ਕੰਡਿਆਂ ਦਾ ਤਾਜ, ਪਸਲੀ ਦੇ ਵਿੱਚ ਢੂਹੀ ਦੇ ਉੱਤੇ ਛਿੱਲੀ ਹੋਈ ਆ, ਪਰ ਯਿਸੂ ਮਸੀਹ ਉੱਥੇ ਵੀ ਕੰਮ ਕਰ ਰਿਹਾ, ਆਪਣੇ ਨਾਲ ਦੇ ਡਾਕੂ ਨੂੰ ਬਚਾ ਰਿਹਾ ਵਾ। ਹਾਲੇਲੂਇਆ। ਤੇ ਜੇ ਯਿਸੂ ਮਸੀਹ ਐਡੇ ਐਡੇ ਦੁੱਖ ਸਹਿ ਕੇ ਦੂਜਿਆਂ ਨੂੰ ਬਚਾਉਂਦਾ, ਉਹ ਅਸੀਂ ਕੀ ਚੀਜ਼ ਆ? ਅਸੀਂ ਜਿੰਨੇ ਮਰਜ਼ੀ ਦੁੱਖ ਵਿੱਚ ਹੋਈਏ, ਸੇਵਾ ਕਰਨ ਤੋਂ ਨਹੀਂ ਪਿੱਛੇ ਭੱਜਦੇ, ਸੇਵਾ ਤੋਂ ਨਹੀਂ ਹਟਦੇ, ਸੇਵਾ ਕਰਦੇ ਰਵਾਂਗੇ। ਹਾਲੇਲੂਇਆ ਹਾਲੇਲੂਇਆ। ਇਹ ਆ ਸੇਵਕਾਈ, ਇਹ ਥੋੜ੍ਹਾ ਵੀ ਅਸੀਂ ਨੰਬਰ ਬੰਦ ਕਰਕੇ ਪੈ ਜੀ, ਓਏ ਨਹੀਂ ਜੀ ਨਹੀਂ, ਸਾਡਾ ਤਾਂ ਮੂਡ ਆਫ ਹੋਇਆ, ਮੇਰੀ ਘਰ ਵਾਲੀ ਠੀਕ ਨਹੀਂ, ਉਹ ਦਵਾਵਾਂ ਕਰਨ ਤੋਂ ਨਹੀਂ ਹਟੀ, ਅਤੇ ਹੁਣ ਵੀ ਦਵਾਵਾਂ ਉਹ ਕਰਦੀ ਹੈ ਜਦੋਂ ਫੋਨ ਆਉਂਦੇ ਆ। ਹਾਲੇਲੂਇਆ। ਤਾਂ ਤੁਸੀਂ ਕੀ ਸਮਝਦੇ ਸੇਵਕਾਈ ਬੜੀ ਸੌਖੀ ਆ? ਸੇਵਕਾਈ ਬਹੁਤ ਔਖੀ ਆ ਕਰਨੀ, ਪ੍ਰੀਖਿਆ ਬਹੁਤ ਹੁੰਦੀਆਂ ਨੇ, ਅਤੇ ਪਰ ਮੈਂ ਪ੍ਰਭੂ ਦਾ ਧੰਨਵਾਦ ਕਰਦਾ, ਪ੍ਰਭੂ ਕਹਿੰਦਾ ਜਿਹੜਾ ਪ੍ਰੀਖਿਆ ਨੂੰ ਸਹਿ ਲੈਂਦਾ ਉਹਨੂੰ ਜੀਵਨ ਦਾ ਮੁਕਟ ਮਿਲੂਗਾ। ਕੀ ਮਿਲੂਗਾ? ਜੀਵਨ ਦਾ ਮੁਕਟ ਮਿਲੂਗਾ। ਅਤੇ ਪ੍ਰਭੂ ਨੇ ਸਾਨੂੰ ਮੁਕਟ ਧਰਤੀ 'ਤੇ ਦੇ ਦਿੱਤੇ ਆ, ਦੋ ਮੁਕਟ ਦੇ ਦਿੱਤੇ ਆ, ਦੋਨੇ ਬੇਟੇ ਦੋਨੇ ਮੁਕਟ ਦੇ ਦਿੱਤੇ ਆ ਮੈਨੂੰ ਅਤੇ ਮੇਰੀ ਘਰਵਾਲੀ ਨੂੰ। ਹਾਲੇਲੂਇਆ ਹਾਲੇਲੂਇਆ। ਹਾਂਜੀ ਵਿੱਕੀ ਜੀ, ਪੜ੍ਹਦੇ ਹੋ ਜੇ ਮਿਲ ਗਿਆ ਤਾਂ। ਪਰੰਤੂ ਤੁਮਾਰਾ ਵੈ ਅਭਿਸ਼ੇਕ ਜੋ ਉਸਕੀ ਓਰ ਸੇ ਕੀਆ ਗਿਆ। ਹਾਲੇਲੂਇਆ। ਕਿਹਨਾਂ ਦਾ ਅਭਿਸ਼ੇਕ? ਹੱਥ ਰੱਖੋ ਆਪਣੇ ਬਦਨ ਦੇ ਉੱਤੇ। ਮੇਰਾ ਅਭਿਸ਼ੇਕ ਕਿਹਦੀ ਔਰ ਤੋਂ ਕੀਤਾ ਗਿਆ? ਪਰਮੇਸ਼ਵਰ ਦਾ। ਯਿਸੂ ਮਸੀਹ ਦਾ ਅਭਿਸ਼ੇਕ ਪਤਾ ਕਿਹਨੇ ਕੀਤਾ ਸੀਗਾ? ਪਰਮੇਸ਼ਵਰ ਨੇ ਕੀਤਾ ਸੀਗਾ। ਜਦੋਂ ਯਸ਼ਾਇਆ ਨਬੀ ਦੀ ਕਿਤਾਬ ਪੜ੍ਹਦਾ, 61 ਭਾਗ, ਸੁਣੋ, ਪੜ੍ਹਨਾ ਨਹੀਂ ਵਿੱਕੀ ਤੂੰ ਇੱਥੇ ਹੈ, 61 ਭਾਗ ਜਦੋਂ ਪੜ੍ਹਦੀ, ਪਹਿਲੀ ਵਾਰ ਵਿੱਚ ਲਿਖਿਆ ਪ੍ਰਭੂ ਦਾ ਮਸਾ ਕੀਤਾ ਗਿਆ। ਕੀ ਕੀਤਾ ਗਿਆ? ਉਹਦਾ ਮਸਾ ਕੀਤਾ ਗਿਆ, ਦੁਖੀਆਂ ਬਿਮਾਰਾਂ ਨੂੰ, ਗਰੀਬਾਂ ਨੂੰ ਸੁਸਮਾਚਾਰ,
ਸੁਣਾਇਆ ਜਾਵੇ ਤਾਂ ਤੁਹਾਡਾ ਅਭਿਸ਼ੇਕ ਕੀਤਾ ਗਿਆ ਵਾ, ਤੁਹਾਡਾ ਕੀ ਕੀਤਾ ਗਿਆ ਵਾ, ਅਭਿਸ਼ੇਕ ਕੀਤਾ ਗਿਆ। ਕਲਾਮ ਨੂੰ ਸੁਣਦੇ ਰਹੋ, ਸਮਝਦੇ ਰਹੋ, ਕਲਾਮ ਦੇ ਵਿੱਚ ਤੁਹਾਨੂੰ ਦੱਸਣਾ ਤੁਹਾਡਾ ਅਭਿਸ਼ੇਕ ਕੀਤਾ ਗਿਆ ਸੁਸਮਾਚਾਰ ਸੁਣਾਉਣ ਦੇ ਲਈ। ਹਾਲੇਲੂਇਆ, ਤੁਹਾਨੂੰ ਅੱਗ ਮਿਲੀ ਆ, ਜੀਭ ਮਿਲੀ ਆ ਸੁਸਮਾਚਾਰ ਸੁਣਾਉਣ ਦੇ ਲਈ। ਹਾਲੇਲੂਇਆ, ਤੁਹਾਡਾ ਮਸਾ, ਤੁਹਾਨੂੰ ਅਭਿਸ਼ੇਕ ਇਹ ਮੰਗਣ ਦੀ ਲੋੜ ਨਹੀਂ, ਪ੍ਰਭੂ ਜੀ ਮੈਨੂੰ ਪਤਰਸ ਵਾਲਾ ਮਸਾ ਦੇ ਦੇ, ਪ੍ਰਭੂ ਜੀ ਮੈਨੂੰ ਅਲੀਸ਼ਾ ਵਾਲਾ ਮਸਾ ਦੇ ਦੇ, ਪ੍ਰਭੂ ਜੀ ਮੈਨੂੰ ਇਲੀਆ ਪ੍ਰਭੂ ਕਹਿੰਦਾ, ਤੈਨੂੰ ਉਹਨਾਂ ਦਾ ਮਸਾ ਕਿਉਂ ਚਾਹੀਦਾ, ਤੇਰੇ ਅੰਦਰ ਤਾਂ ਮੇਰਾ ਮਸਾ ਹੋਏ, ਉਹਨੂੰ ਇਸਤੇਮਾਲ ਕਰ। ਤੁਸੀਂ ਸਾਰੇ ਅਨੋਇੰਟਡ ਲੋਕ ਹੋ, ਮਸੇ ਕੀਤੇ ਹੋਏ ਲੋਕ ਹੋ, ਮੈਂ ਵੀ, ਤੁਸੀਂ ਵੀ ਮਸੇ ਕੀਤੇ ਹੋਏ ਲੋਕ ਹੋ, ਯਿਸੂ ਜੀ ਦੇ ਅਭਿਸ਼ੇਕ ਦੇ ਨਾਲ। ਹਾਲੇਲੂਇਆ, 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 ਹਾਲੇਲੂਇਆ। ਦਾਤਾਂ ਅਲੱਗ ਅਲੱਗ ਆ, ਵਰਦਾਨ ਅਲੱਗ ਅਲੱਗ ਆ, ਪਰ ਤੁਹਾਡੇ ਅੰਦਰ ਜਿਹੜੀ ਅਨੋਇੰਟਿੰਗ ਉਹ ਸੇਮ ਆ, ਮੇਰੇ ਔਰ ਤੁਹਾਡੇ ਅੰਦਰ ਜਿਹੜੀ ਅਨੋਇੰਟਿੰਗ ਆ ਉਹ ਸੇਮ ਆ। ਹਾਂਜੀ ਪੜੋ ਜੀ, ਮਸਾ ਸ਼ੁਰੂ ਤੋਂ ਸਟਾਰਟਿੰਗ ਹੈ। ਪਰੰਤੂ ਤੁਹਾਡਾ ਵੈ ਅਭਿਸ਼ੇਕ ਜੋ ਉਸਕੀ ਔਰ ਸੇ ਕੀਆ ਗਿਆ, ਤੁਮ ਮੇ ਬਨਾ ਰਹਿਤਾ ਹੈ ਔਰ ਤੁਮੇ ਇਸਕਾ ਪ੍ਰਯੋਜਨ ਨਹੀਂ ਕਿ ਕੋਈ ਤੁਮੇ ਸਿਖਾਏ। ਹਾਲੇਲੂਇਆ, ਉਹਦਾ ਮਸਾ ਸਾਡੇ ਅੰਦਰ ਬਣਿਆ ਰਹਿੰਦਾ ਵਾ। ਪ੍ਰਭੂ ਦਾ ਮਸਾ ਕੀ ਆ ਸਾਡੇ ਅੰਦਰ, ਉੱਪਰੋਂ ਮਸਾ ਨਹੀਂ ਹੋਣਾ ਤੁਹਾਡੇ ਉੱਤੇ। ਮੰਨ ਲਓ ਇੱਥੇ ਭਾਈ ਸੇਠ ਦੁਆ ਕਰੇ, ਪ੍ਰਭੂ ਯਿਸੂ ਮਸੀਹ ਜੀ ਮੈਨੂੰ ਮਸਾ ਦੇ ਦੇ, ਮੈਨੂੰ ਮਸਾ ਦੇ ਦੇ, ਮੈਨੂੰ ਅਭਿਸ਼ੇਕ ਦੇ ਦੇ, ਮੈਨੂੰ ਫਰੈਸ਼ ਅਨੋਇੰਟਿੰਗ ਦੇ ਦੇ, ਮੈਨੂੰ ਓਲਡ ਅਨੋਇੰਟਿੰਗ ਦੇ ਦੇ ਪ੍ਰਭੂ ਯਿਸੂ ਮਸੀਹ ਜੀ, ਮੈਨੂੰ ਗਹਿਰੀ ਅਨੋਇੰਟਿੰਗ ਦੇ ਦੇ, ਮੈਨੂੰ ਸਿੱਲੀ ਸਿੱਲੀ ਅਨੋਇੰਟਿੰਗ ਦੇ ਦੇ, ਮੈਨੂੰ ਭਾਰੀ ਭਾਰੀ ਅਨੋਇੰਟਿੰਗ ਦੇ ਦੇ, ਮੈਨੂੰ ਹਲਕੀ ਹਲਕੀ ਅਨੋਇੰਟਿੰਗ ਦੇ ਦੇ। ਇਹ ਮੰਗਣ ਦੀ ਲੋੜ ਨਹੀਂ ਆ, ਪ੍ਰਭੂ ਕਹਿੰਦਾ ਤੇਰੇ ਅੰਦਰ ਤਾਂ ਪਹਿਲਾਂ ਹੀ ਅਨੋਇੰਟਿੰਗ ਰੱਖੀ ਹੋਈ ਆ, ਉਹਨੂੰ ਕਦੋਂ ਬਾਹਰ ਇਸਤੇਮਾਲ ਕਰੂੰਗਾ। ਕਹਿੰਦਾ ਤੁਹਾਨੂੰ ਪਤਾ ਨਹੀਂ ਤੁਹਾਡੇ ਅੰਦਰ ਮਸਾ, ਕਹਿੰਦਾ ਤੁਹਾਨੂੰ ਕਿਹਾ ਪਤਾ ਨਹੀਂ ਆ, ਤੁਮੇ ਇਸਕਾ ਪ੍ਰਯੋਜਨ ਨਹੀਂ ਕਿ ਕੋਈ ਤੁਮੇ ਸਿਖਾਏ। ਕਹਿੰਦਾ ਤੁਹਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਆ, ਕਿਉਂ? ਕਿਉਂਕਿ ਤੁਹਾਡੇ ਅੰਦਰ ਕੀ ਆ ਮਸਾ, ਤੇ ਉਹ ਮਸਾ ਸਾਨੂੰ ਸਿਖਾਉਂਦਾ ਵਾ। ਹਾਲੇਲੂਇਆ, ਉਹ ਮਸਾ ਸਾਨੂੰ ਸਿਖਾਉਂਦਾ ਵਾ। ਤੇ ਇੱਥੇ ਮੈਂ ਕਹਿੰਦਾ ਜਿਹੜਾ ਤਾੜੀ ਵੀ ਨਹੀਂ ਨਾ ਮਾਰਦਾ, ਜਿਹੜਾ ਕੁਛ ਵੀ ਆ ਉਹਦੇ ਅੰਦਰ ਵੀ ਪਰਮੇਸ਼ਵਰ ਦਾ ਕੀ ਆ ਮਸਾ, ਪਰ ਉਹਨੂੰ ਪਤਾ ਨਹੀਂ ਆ ਮੇਰੇ ਅੰਦਰ ਕੀ ਆ ਪਰਮੇਸ਼ਵਰ ਦਾ ਮਸਾ। ਤੇ ਇਹ ਦੁਆ ਕਰਨ ਦੀ ਲੋੜ ਨਹੀਂ, ਪਾਸਟਰ ਜੀ ਦੁਆ ਕਰ ਦਿਓ ਮੈਨੂੰ ਮਸਾ ਮਿਲ ਜਾਵੇ। ਉਹ ਯਾਰ ਤੇਰੇ ਅੰਦਰ ਤਾਂ ਪਹਿਲਾਂ ਹੀ ਮਸਾ, ਉਹ ਮਸੇ ਨੂੰ ਇਸਤੇਮਾਲ ਕਰ। ਚੇਲਿਆਂ ਦੇ ਅੰਦਰ ਮਸਾ ਸੀਗਾ, ਪਰ ਜਦੋਂ ਯਿਸੂ ਮਸੀਹ ਨੇ ਅੱਗ ਦੀਆਂ ਜੀਭਾਂ ਭੇਜੀਆਂ ਉਦੋਂ ਮਸਾ ਬਾਹਰ ਆ ਗਿਆ। ਕੀ ਆ ਗਿਆ ਮਸਾ? ਬਾਹਰ ਆ ਗਿਆ। ਅਤੇ ਅੱਜ ਤੁਹਾਡੇ ਅੰਦਰ ਮਸਾ ਵਾ, ਤੁਸੀਂ ਸਾਰੇ ਅਨੋਇੰਟਡ ਲੋਕ ਹੋ। ਪਰ ਮੈਂ ਇਹ ਦੱਸਣਾ ਚਾਹੁੰਦਾ, ਸੁਣੋ ਗੱਲ ਨੂੰ, ਕਲਾਮ ਕੀ ਮੈਂ ਸੁਣਾ ਰਿਹਾ ਜੀ, ਵੀ ਜਦੋਂ ਰਾਸਤੇ 'ਚ ਅਸੀਂ ਕਿਸੇ ਨੂੰ ਪ੍ਰਣਾਮ ਕਰ ਦਿੰਦੇ ਹਾਂ ਅਤੇ ਅਸੀਂ ਆਪਣੇ ਮਸੇ ਨੂੰ ਕੀ ਕਰ ਲੈਂਦੇ ਹਾਂ, ਗਵਾ ਪੈਂਦੇ ਹਾਂ। ਅਤੇ ਅੱਜ ਤੁਹਾਡੇ ਤੋਂ ਮਸਾ ਸਾਰਿਆਂ ਤੋਂ ਹੀ ਆ, ਪਰ ਇਹ ਮਸਾ ਕਦੋਂ ਇਸਤੇਮਾਲ ਹੋਣਾ? ਜਿਹੜਾ ਮਸਾ ਤੁਹਾਡੇ ਤੋਂ ਯਿਸੂ ਮਸੀਹ ਦਾ, ਸੁਣੋ ਹੁਣ, ਪੜ੍ਹ ਦਿਓ ਜੀ ਸ਼ਾਇਆ ਨਬੀ ਦੀ ਕਿਤਾਬ, ਉਹ ਵੀ ਪੜ੍ਹੋ ਮੇਰੇ ਨਾਲ ਜੀ ਸ਼ਾਇਆ ਨਬੀ ਦੀ ਕਿਤਾਬ, ਉਹਦਾ ਕਾਟ ਭਾਗ ਪਹਿਲੀ ਹੈ, ਪੜ੍ਹ ਦਿਓ ਜਲਦੀ ਜਲਦੀ ਪੰਜਾਬੀ 'ਚ ਪੜ੍ਹ ਦਿਓ ਜੇ ਕਿਸੇ ਨੂੰ ਮਿਲਿਆ। ਯਸ਼ਾਇਆ ਕਾਟ ਇੱਕ, ਬੁੱਕ ਆਫ ਯਸ਼ਾਇਆ ਚੈਪਟਰ 61 ਵਰਸ 1। ਤੁਹਾਨੂੰ ਕਿਹਨੇ ਮਸਾ ਕੀਤਾ? ਇਹ ਮੇਰੇ ਲਈ ਆ, ਤੁਹਾਡੇ ਲਈ ਆ, ਸਾਰਿਆਂ ਦੇ ਲਈ ਆ। ਯਿਸੂ ਮਸੀਹ ਦਾ ਅਭਿਸ਼ੇਕ ਪਤਾ ਕਿਹਨੇ ਕੀਤਾ ਸੀ? ਯਹੋਵਾ ਪਰਮੇਸ਼ਵਰ ਨੇ। ਕਿਹਨੇ ਕੀਤਾ ਸੀ? ਯਹੋਵਾ ਪਰਮੇਸ਼ਵਰ ਨੇ। ਤਾਂ ਅਸੀਂ ਉਹਦੇ ਧੀਆਂ ਦੇ ਪੁੱਤਰ ਹਾਂ, ਉਹਦੇ ਵਿੱਚੋਂ ਨਿਕਲੀ ਹੋਈ ਔਲਾਦ ਹਾਂ, ਅਤੇ ਸਾਡਾ ਮਸਾ ਹੋਇਆ ਜਾਂ ਨਹੀਂ ਹੋਇਆ? ਬੋਲੋ, ਹੋਇਆ। ਤੁਹਾਡਾ ਮਸਾ ਹੋਇਆ ਹੋਇਆ ਵਾ। ਤੁਹਾਨੂੰ ਇਹ ਨਹੀਂ ਕਹਿਣ ਦੀ ਲੋੜ, ਮੁਝੇ ਖੁਦਾਵੰਦ ਯਿਸੂ ਮਸੀਹ, ਮੁਝੇ ਏਲੀਆ ਕਾ ਮਸਾ ਚਾਹੀਏ, ਮੁਝੇ ਅਭਿਸ਼ੇਕ ਚਾਹੀਏ, ਅਲੀਸ਼ਾ ਕਾ ਅਭਿਸ਼ੇਕ ਚਾਹੀਏ। ਪ੍ਰਭੂ ਕਹਿੰਦਾ ਕਾਹਦੇ ਲਈ ਉਹਨਾਂ ਦਾ ਅਭਿਸ਼ੇਕ ਕਿਉਂ ਚਾਹੀਦਾ? ਉਹਨਾਂ ਨੂੰ ਤਾਂ ਕਹਿੰਦਾ ਮੈਂ ਆਪ ਦਿੰਦਾ ਹੀ। ਤੁਹਾਡੇ ਅੰਦਰ ਪ੍ਰਭੂ ਯਿਸੂ ਮਸੀਹ ਵਾਲਾ ਅਭਿਸ਼ੇਕ ਆ। ਯਿਸੂ ਮਸੀਹ ਨੇ ਕਹੀ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੀ ਕਰੋਗੇ? ਕੰਮ ਕਰੋਗੇ। ਜੇ ਠੀਕ ਤੁਸੀਂ ਮੇਰੇ ਵਚਨ 'ਤੇ ਖਲੋਤੇ ਤੋ ਠੀਕ ਮੇਰੇ ਚੇਲੇ ਹੋ। ਤੁਹਾਨੂੰ ਵਚਨ ਦੇ ਵਿੱਚ ਰਹਿਣਾ ਪੈਣਾ ਵਾ, ਫਿਰ ਤੁਹਾਡੀ ਜ਼ਿੰਦਗੀ 'ਚੋਂ ਮਸਾ ਕੀ ਕਰਦਾ ਵਾ? ਕੰਮ ਕਰਦਾ ਵਾ। ਜੇ ਤੁਸੀਂ ਆਪਣੇ ਮਸਜਿਦ ਰਾਸਤੇ 'ਚ ਪ੍ਰਣਾਮ ਕਰਤਾ, ਦੁਨੀਆਦਾਰੀ ਨੂੰ ਪ੍ਰਣਾਮ ਕੀਤਾ, ਸ਼ੈਤਾਨ ਦੇ ਮੋਹਰੇ ਝੁੱਕ ਗਿਆ, ਤਾਂ ਮਸਾ ਨਹੀਂ ਕੰਮ ਕਰਦਾ, ਮਸਾ ਕੰਮ ਨਹੀਂ ਕਰਦਾ। ਅਤੇ ਜੇ ਤੁਸੀਂ ਪ੍ਰਭੂ ਯਿਸੂ ਦੇ ਵਚਨ ਦੇ ਵਿੱਚੋਂ, ਤੁਹਾਡਾ ਇੱਕ ਸ਼ਬਦ ਯਿਸੂ ਮਸੀਹ ਕਹਿੰਦਾ, ਜੇ ਤੁਸੀਂ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਕਰੂੰਗਾ, ਅਤੇ ਪਹਾੜ ਨੂੰ ਕਹਿ ਦੂੰਗਾ ਸਮੁੰਦਰ 'ਚ ਜਾ, ਅਤੇ ਉਸੇ ਸਮੇਂ ਚਲਾ। ਦੇਖੋ, ਫੇਥ ਫੇਥ ਫੇਥ, ਜੇ ਤੁਹਾਡੇ ਅੰਦਰ ਈਮਾਨ ਹੈ ਵਚਨ 'ਤੇ, ਤੁਸੀਂ ਸਟਰੋਂਗ ਹੋ, ਖੜ੍ਹੇ ਹੋ, ਤੁਹਾਡੇ ਅੰਦਰ ਅੱਗ ਹੈ ਪਰਮੇਸ਼ਵਰ ਦੇ ਵਚਨ ਦੀ ਆਗਿਆ, ਸਮਰਥ ਦੀ ਆਗਿਆ, ਅਤੇ ਤੁਹਾਡਾ ਇੱਕ ਸ਼ਬਦ
3000 ਲੋਕਾਂ ਨੂੰ ਬਚਾਉਣ ਦੀ ਤਾਕਤ ਤੇ ਸ਼ਕਤੀ ਰੱਖਦਾ ਵਾ। ਹਾਲੇਲੂਇਆ 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 ਹਾਲੇਲੂਇਆ। ਤੇ ਤੁਹਾਨੂੰ ਹੁਣ ਹੋਰ ਮਸੇ ਦੀ ਲੋੜ ਹੈਗੀ ਆ? ਬੋਲੋ ਵੀ ਚਾਹੀਦਾ ਏਲੀਆ ਦਾ ਮਸਾ, ਅਲੀਸ਼ਾ ਦਾ ਮਸਾ ਚਾਹੀਦਾ? ਜਿਹੜੇ ਲੋਕ ਕਹਿੰਦੇ ਨੇ ਨਾ ਤੁਹਾਨੂੰ ਏਲੀਆ ਦਾ ਅਲੀਸ਼ਾ ਦਾ ਮਸਾ ਮਿਲਣਾ ਚਾਹੀਦਾ, ਮਿਲ ਰਿਹਾ ਮਸਾ ਆ ਰਿਹਾ, ਅਭਿਸ਼ੇਕ ਆ ਰਿਹਾ, ਪ੍ਰਭੂ ਦੀ ਸਮਰੱਥ ਆ ਰਹੀ ਹੈ ਤੁਹਾਨੂੰ, ਹੈ ਮਿਲਣ ਚ ਰਹੀ ਆ, ਉਹ ਸਾਡੇ ਤੋਂ ਪਹਿਲਾਂ ਹੀ ਆ, ਸਾਡੇ ਤੋਂ ਪਹਿਲਾਂ ਹੀ, ਕਿਉਂਕਿ ਯਿਸੂ ਮਸੀਹ ਦੇ ਵਚਨ 'ਚ ਲਿਖਿਆ ਪਹਿਲਾਂ ਜੋ ਨਾ ਦੋ ਭਾਗ 27 ਅਧ ਪੜ੍ਹੀ ਆ ਤੁਸੀਂ, ਵੀ ਖੁਦਾਵੰਦ ਨੇ ਤੁਹਾਨੂੰ ਕੀ ਕੀਤਾ ਹੋਇਆ ਵਾ, ਮਸਾ ਕੀਤਾ ਹੋਇਆ ਵਾ, ਤੁਸੀਂ ਬਲੈਸ ਕੀਤੇ ਹੋਏ ਲੋਕ ਆ, ਅਨੋਇੰਟਡ ਲੋਕ ਹੋ, ਪਰ ਉਸ ਅਨੋਇੰਟਿੰਗ ਨੂੰ ਇਸਤੇਮਾਲ ਕਰੋ। ਪਰ ਜੇ ਤੁਸੀਂ ਚੁੱਲ੍ਹੇ ਤੋਂ ਬਾਹਰ ਹੋ, ਕੋਲਾ ਲੱਕੜ ਚੁੱਲ੍ਹੇ ਤੋਂ ਬਾਹਰ ਆ ਤਾਂ ਕਦੀ ਵੀ ਅੱਗ ਨਹੀਂ ਬਲਦੀ, ਠੰਡੀ ਹੋ ਜਾਂਦੀ ਲੱਕੜ। ਅਤੇ ਜੇ ਤੁਸੀਂ ਖੁਦਾ ਦੇ ਕਲਾਮ ਦੇ ਵਿੱਚੋਂ, ਵਚਨ ਦੇ ਵਿੱਚੋਂ, ਤਾਂ ਅੱਗ ਫੈਲਦੀ ਜਾਊਗੀ, ਜਿਸ ਤਰ੍ਹਾਂ ਚੇਲਿਆਂ ਨੇ ਫਲਾਈ ਇਸੇ ਤਰ੍ਹਾਂ ਤੁਸੀਂ ਵੀ ਫੈਲਾਓਗੇ, ਕਲਾਮ ਦੀ, ਮਸੇ ਦੀ, ਅਨੋਇੰਟਿੰਗ ਦੀ, ਇਹ ਵਚਨ ਦੀ ਅੱਗ ਇਸੇ ਤਰ੍ਹਾਂ ਫੈਲਦੀ ਜਾਊਗੀ, ਕਿਉਂਕਿ ਯਿਸੂ ਮਸੀਹ ਨੇ ਸਾਨੂੰ ਮਸਾ ਕੀਤਾ ਸੁਸਮਾਚਾਰ ਸੁਣਾਉਣ ਲਈ, ਟੁੱਟੇ ਦਿਲਾਂ ਨੂੰ ਜੋੜਨ ਦੇ ਲਈ, ਗਰੀਬਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ, ਇਸ ਲਈ ਸਾਨੂੰ ਯਿਸੂ ਮਸੀਹ ਨੇ ਮਸਾ ਕੀਤਾ। ਖੁਸ਼ਖਬਰੀ ਸੁਣਾਵਾ, ਉਸ ਮੈਨੂੰ ਕੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨਾ। ਹਾਲੇਲੂਇਆ। ਮਸਾ ਕਿਉਂ ਕੀਤਾ? ਨਹੀਂ ਨਹੀਂ ਉਦੋਂ ਉੱਪਰਲੀ ਰਹਿਤ, ਬੋਲੋ ਜਦੋਂ ਪਤਰਸ ਦੇ ਉੱਤੇ ਮਸਾ ਆਈ ਸੁਣ ਸੀ, ਜਦੋਂ ਵਿੱਚ ਸੀਗਾ ਉਹਦੇ, ਜਦੋਂ ਰੀਬ ਉਤਰੀ ਆ ਤੇ ਉਹਨੇ ਕੀ ਸੁਣਾਈ ਸੀਗੀ? ਖੁਸ਼ਖਬਰੀ ਕੀ ਸੀਗੀ? ਯਿਸੂ ਮਸੀਹ ਸਾਡੇ ਲਈ ਧਰਤੀ ਉੱਤੇ ਆਇਆ, ਸਾਡੇ ਲਈ ਪਾਪਾਂ ਦੇ ਗੁਨਾਹਾਂ ਦੇ ਲਈ ਸਲੀਬ ਉੱਤੇ, ਔਰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਇਹ ਆ ਗੁੱਡ ਨਿਊਜ਼ ਤੁਹਾਨੂੰ ਸੁਣਾਈ ਸੀ ਨਾ ਮੈਂ ਪਿਛਲੇ ਐਤਵਾਰ ਦੱਸਿਆ ਸੀ ਨਾ, ਤਿੰਨ ਤਰੀਕੇ ਦਾ ਪ੍ਰਚਾਰ ਆ, ਦੱਬਿਆ ਗਿਆ ਯਿਸੂ ਮਸੀਹ ਪੈਦਾ ਹੋਇਆ, ਮਾਰਿਆ ਗਿਆ, ਦੱਬਿਆ ਗਿਆ ਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਇਹ ਖੁਸ਼ਖਬਰੀ ਪਤਰਸ ਨੇ ਸੁਣਾਈ ਸੀ, ਤੇ ਜਦੋਂ ਇਹ ਪ੍ਰਚਾਰ ਉਹਨੇ ਸੁਣਾਇਆ ਮਸੇ ਦੇ ਨਾਲ, ਤਾਂ ਕਿੰਨੇ ਲੋਕ ਬਚਾਏ ਗਏ ਸੀਗੇ ਜੀ? ਬੋਲੋ ਉੱਚੀ ਆਵਾਜ਼ ਨਾਲ। ਤੇ ਸਾਡਾ ਅਭਿਸ਼ੇਕ ਜਿਹੜਾ ਹੋਇਆ ਕੀ ਕਰਨ ਲਈ ਹੋਇਆ? ਆ ਹੁਣੇ ਤੁਸੀਂ ਪੜ੍ਹ ਕੇ ਹਟੇ ਹੋ, ਤੁਹਾਡੇ ਅੰਦਰ ਯਿਸੂ ਮਸੀਹ ਵਾਲੀ ਅਨੋਇੰਟਿੰਗ ਆ, ਯਿਸੂ ਮਸੀਹ ਵਾਲਾ ਮਸਾ ਵਾ, ਸਾਨੂੰ ਮਸਾ ਕੀਤਾ ਹੋਇਆ ਪ੍ਰਭੂ ਨੇ। ਕਿਹੜਾ ਮਸਾ ਵਾ ਉਹ? ਗਰੀਬਾਂ ਨੂੰ ਖੁਸ਼ਖਬਰੀ ਸੁਣਾ, ਖੁਸ਼ਖਬਰੀ ਸੁਣਾਉਣ ਦੀ। ਤਾਂ ਅੱਜ ਤੋਂ ਕੀ ਸੁਣਾਉਣੀ ਹੈ ਤੁਸੀਂ? ਖੁਸ਼ਖਬਰੀ। ਤਾਂ ਅੱਗ ਨੂੰ ਬੁਝਾਉਣਾ ਵਾ? ਮੰਨ ਲਓ ਤੁਸੀਂ ਕਿਸੇ ਵੱਡੇ ਕਲਾਕਾਰ ਨੂੰ ਜਾਂ ਵੱਡੇ ਸਿੰਗਰ ਨੂੰ ਦੇਖ ਕੇ ਹੋਏ, ਸਲੂਟ ਕਰਦੇ ਜੀ ਅਸੀਂ ਤੈਨੂੰ, ਵਾਹ ਜੀ ਵਾਹ, ਵੱਡੇ ਐਕਟਰ ਨੂੰ ਦੇਖ ਕੇ ਸਲੂਟ ਕਰਦੇ ਹਾਂ, ਤੁਹਾਡਾ ਤਾਂ ਸਲੂਟ ਉੱਥੇ ਹੀ ਨਿਕਲ ਗਿਆ। ਯਿਸੂ ਮਸੀਹ ਨੂੰ ਤੁਸੀਂ ਕੀ ਕਹੋਗੇ? ਤੁਸੀਂ ਤਾਂ ਦੁਨੀਆਦਾਰੀ ਵਾਲੇ ਕੰਮ ਕਰ ਲਏ ਨੇ, ਦੁਨੀਆਦਾਰੀ ਦੇ ਮੂਹਰੇ ਝੁੱਕ ਗਏ, ਪੈਸੇ ਮੂਹਰੇ ਝੁੱਕ ਗਏ, ਸ਼ੈਤਾਨ ਦੇ ਮੂਹਰੇ, ਨਸ਼ੇ ਮੂਹਰੇ ਝੁੱਕ ਗਏ, ਚਿੱਟਾ ਫ੍ਰੀ ਨੂੰ ਮਿਲਣ ਨੂੰ ਮਿਲ ਗਿਆ, ਸ਼ਰਾਬ ਫ੍ਰੀ 'ਚ ਮਿਲ ਗਈ, ਤੁਸੀਂ ਤਾਂ ਉੱਥੇ ਵਿਕ ਗਿਆ, ਕੀ ਕਹਿ ਸਕਦੇ ਹੋ ਯਿਸੂ ਮਸੀਹ ਨੂੰ? ਫਿਰ ਅਨੋਇੰਟਿੰਗ ਨਹੀਂ ਕੰਮ ਕਰਦੀ। ਜੇ ਅੰਦਰ ਚਾਹੁੰਦੇ ਹੋ ਤੁਹਾਡੀ ਅਨੋਇੰਟਿੰਗ ਪ੍ਰਭੂ ਦੀ ਕੰਮ ਕਰਦੀ ਰਹੇ, ਤਾਂ ਵਚਨ ਵਿੱਚ ਬਣੇ ਰਹੋ, ਦੇਖੋ ਲੋਕ ਬਚਾਏ ਜਾਣਗੇ ਤੁਹਾਡੇ ਦੁਆਰਾ, ਤੁਹਾਡੀਆਂ ਅਗਵਾਈਆਂ ਦੁਆਰਾ, ਤੁਹਾਡੇ ਵਚਨ ਦੇ ਦੁਆਰਾ, ਤੁਹਾਡੀ ਜ਼ਿੰਦਗੀ ਦੁਆਰਾ ਲੋਕ ਬਚਾਏ ਜਾਣਗੇ। ਹਾਲੇਲੂਇਆ ਹਾਲੇਲੂਇਆ। ਅੱਖਾਂ ਨੂੰ ਬੰਦ ਕਰੋ, ਸਿਰਾਂ ਨੂੰ ਝੁਕਾਓ ਤੇ ਪ੍ਰਾਰਥਨਾ ਕਰੋ। ਜੋ ਕੁਝ ਵੀ ਅੱਜ ਤੁਸੀਂ ਸਿੱਖਿਆ ਵਾ, ਵੀ ਇਹ ਕਲਾਮ ਤੁਹਾਡੀ ਜ਼ਿੰਦਗੀ ਦੇ 100 ਗੁਣਾ ਫਲਦਾਰ ਹੋਵੇ, ਵੀ ਅਸੀਂ ਪ੍ਰਭੂ ਯਿਸੂ ਮਸੀਹ ਜੀ ਤੇਰੀ ਸੇਵਾ ਕਰਦੇ ਹੋਏ ਜਦੋਂ ਅਸੀਂ ਨਿਕਲੇ ਹਾਂ ਹੁਣ, ਕਿਸੇ ਨੂੰ ਪ੍ਰਣਾਮ ਨਾ ਕਰੀਏ, ਸ਼ੈਤਾਨ ਨੂੰ ਪ੍ਰਣਾਮ ਨਾ ਕਰੀਏ, ਤੇਰੇ ਵਚਨ ਦੇ ਵਿੱਚ ਚੱਲਦੇ ਰਹੀਏ, ਤੇਰੇ ਕੰਮਾਂ ਦੇ ਵਿੱਚ ਵੱਧਦੇ ਜਾਈਏ, ਔਰ ਜਿਹੜਾ ਤੂੰ ਸਾਨੂੰ ਮਸਾ ਦਿੱਤਾ ਵਾ ਸੁਸਮਾਚਾਰ ਸੁਣਾਉਣ ਵਾਲਾ, ਉਸ ਮਸੇ ਦੇ ਵਿੱਚ ਅਸੀਂ ਬਣੇ ਰਹੀਏ, ਉਸ ਕਲਾਮ ਦੇ ਵਿੱਚ ਅਸੀਂ ਬਣੇ ਰਹੀਏ। ਉੱਚੀ ਆਵਾਜ਼ ਦੇ ਨਾਲ